ਆਸਾਂ ਦਾ ਬੂਰ ਲੱਗੇ ਮੁੜ ਕੇ ਉਸ ਨੂੰ ਆਸਾਂ ਦਾ ਬੂਰ ਲੱਗੇ ਕਿੰਨਾ ਭਉ ਪਾਂਡਾ ਘਰ ਬਾਰ ਕਿਤਨਾ ਹੋ ਧੀਆਂ ਪੁੱਤਰ ਤੇ ਕਿਤਨਾ ਨਗਦ ਨਾਵਾ ਧੀਆਂ ਪੁੱਤਰ ਤੇ ਕਿਤਨਾ ਨਗਦ ਨਾਵਾ ਲੈਣ ਦੇਣ ਦਾ ਚੱਲੇ ਵਿਹਾਰ ਕਿਤਨਾ ਪਰ ਇਹ ਨਹੀਂ ਕੋਈ ਪੁੱਛਦਾ ਯਾਰ ਪੰਛੀ ਤੇਰਾ ਰੱਬ ਦੇ ਨਾਲ ਪਿਆਰ ਕਿਤਨਾ ਤੇਰਾ ਰੱਬ ਦੇ ਨਾਲ ਪਿਆਰ ਕਿਤਨਾ ਜਦੋਂ ਦੀ ਦੂਰ ਹੋਈ ਤੈਥੋਂ ਨ ਮਾੜੀ ਚੈਨ ਪਾਇਆ ਨਾ ਏਤੀ ਮਾਰ ਪੈਂਦੀ ਤੋਂ ਕਿ ਤੈਨੂੰ ਦਰਦ ਆਇਆ ਨਾ ਜੁਦਾਈਆਂ ਜਾਲਤੀ ਜਿੰਦੜੀ ਹੈ ਨੇੜਾ ਸਿਸ਼ਟ ਤੇਰੀ ਦਾ ਜਲਵਾ ਜਿੰਦ ਜਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜਦੋਂ ਦੀ ਦੂਰ ਹੋਈ ਤੈਥੋਂ ਨ ਮਾਣੀ ਚੈਨ ਪਾਇਆ ਨਾ ਏਤੀ ਮਾਰ ਪੈਂਦੀ ਤੋਂ ਕਿ ਤੈਨੂੰ ਦਰਦ ਆਇਆ ਨਾ ਜੁਦਾਈਆਂ ਜਾਲਤੀ ਜਿੰਦੜੀ ਹੈ ਮੇਣਾ ਸ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਜਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜਾਣਾ ਦੂਰ ਕੀਤਾ ਤੂੰ ਨਾ ਜਾਣਾ ਦੂਰ ਕੀਤਾ ਤੂੰ ਨਾ ਜਾਣਾ ਦੂਰ ਕੀਤਾ ਤੂੰ ਸਾਡੀਆਂ ਹਰਕਤਾਂ ਕਰਕੇ ਅਸੀਂ ਤਾਂ ਸਹਿਬ ਜਿਉਂਦੇ ਹਾਂ ਤੇਰੀਆਂ ਬਰਕਤਾਂ ਕਰਕੇ ਹੱਕੀ ਮਾਰ ਕੇ ਹਾਕਾ ਕੇ ਮੋਹ ਹੈ ਗ੍ਰਿਸਤ ਤੇਰੀ ਦਾ ਕੇ ਮੋਹ ਹੈ ਗ੍ਰਿਸਤ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਤੁਝੇ ਨਾ ਬੋੜਦਾ ਪਿਆਰੇ ਜਿਵੇਂ ਪੀਲਣੀ ਤਾਰੀ ਉਵੇਂ ਆ ਦੌੜਦਾ ਪਿਆਰੇ ਬੜਾ ਰੰਗ ਰਾਮ ਤੇ ਚੜਿਆ ਕਥਾਵਾ ਸਿਸ਼ਟ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਤੁੰਬਾ ਖੜਕਦਾ ਕਿਉਂ ਨਾ ਸੁੱਟਦਾ ਤਰਛ ਕਿਉਂ ਅਰਜਣ ਸੁੱਟਦਾ ਤਨਛ ਕਿਉਂ ਅਰਜਣ ਮਦਾਨੇ ਭੜਕਦਾ ਕਿਉਂ ਨਾ ਜੁਆ ਸਭ ਖਾ ਗਿਆ ਅਕਲਾਇਓ ਬੁੱਧੀ ਤ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਬਾਦੇ ਤੋੜ ਲੱਗੀਆਂ ਨੂੰ ਫੁੱਲ
ਜਾਨ ਪਿਆਰਾਂ ਦਾ ਮੈਂ ਤਾਂ ਪ੍ਰੀਤ ਮਾਂ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ ਨਗਮਾ ਪਿਆਰ ਦਾ ਭਰਿਆ ਪਿਆ ਭਾ ਰਿਸ਼ਤ ਤੇਰੀ ਦਾ ਪਿਆ ਭਾ ਰਿਸ਼ਤ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਸੋਹਣਿਆ ਆ ਜਾ ਦਾਤਿਆ ਤੂੰ ਆ ਜਾ ਸੋਹਣਿਆ ਆ ਜਾ ਤੜਫਦੀ ਜਾਨ ਦੇ ਬਦਲੇ ਸਹਿਬਾ ਸੋਹਣਿਆ ਆ ਜਾ ਤੜਫਦੀ ਜਾਨ ਦੇ ਬਦਲੇ ਆਪਣੇ ਬਿਰਦ ਦੇ ਬਦਲੇ ਧਰਮ ਈਮਾਨ ਦੇ ਬਦਲੇ ਮੈਂ ਅਨਪੜ ਸਾਰ ਕੀ ਜਾਣਾ ਕੀ ਨੰਬਰ ਲਿਸਟ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਚੈਨ ਲੈਂਦੀ ਨਾ ਜਿੰਨਾ ਚਿਰ ਰਾਮ ਨਹੀਂ ਮਿਲਦਾ ਉਹ ਮੀਰਾ ਟਿਕ ਕੇ ਪੈਂਦੀ ਨਾ ਤਮਾਂ ਦੀ ਰਾਸ ਦਾ ਕਰਜਾ ਫਿਕਰ ਹੈ ਕਿਸ਼ਤ ਤੇਰੀ ਦਾ ਫਿਕਰ ਹੈ ਕਿਸ਼ਤ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜੋਰ ਚੱਲਦਾ ਨਾ ਸਾਡੇ ਵਿੱਚ ਅਕਲਾਂ ਵੀ ਕੰਮ ਨੇ ਖਾ ਲਏ ਲੋੜਾਂ ਗਰ ਜਾਣੇ ਬੱਚੇ ਬਸ ਚੰਦ ਹੀ ਦਮ ਨੇ ਦੀਵਾਨਾ ਬਣ ਗਿਆ ਬੈਂਕਾ ਜੀ ਹੈ ਬਾਹਿਸਤ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜੁਗ ਜੁਗ ਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਾਲਾਨਾ ਜੋੜ ਮੇਲੇ ਦੀ ਹਾਜ਼ਰੀ ਲਵਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ ਗੁਰੂ ਪੰਥ ਗੁਰੂ ਖਾਲਸਾ ਜੀ ਦਾਸਾਂ ਦੇ ਜਥੇ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬਾਂ ਨੂੰ ਸੀਹ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਇਤਿਹਾਸ ਸਰਵਣ ਕਰ ਰਹੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਔਰ ਉਹਨਾਂ ਦੇ ਕਾਰਨਾਮੇ ਉਹਨਾਂ ਦੇ ਇਸ ਸਿੱਖ ਰਾਜ ਵਾਸਤੇ ਘਾਲੜੀਆਂ ਹੋਈਆਂ ਘਾਲਣਾਂ ਕਿਵੇਂ ਮੁਜ਼ੱਫਰ ਖਾਨ ਨੂੰ ਉਹਨਾਂ ਨੇ ਆਪਣੇ ਅਧੀਨ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਝੰਡੇ ਕੇਸਰੀ ਨਿਸ਼ਾਨ ਲਹਿਰਾ ਰਹੇ ਸਨ। ਕਾਬਲ ਦਾ ਮੀਰ ਕਾਬਲ ਮੀਰ ਬਾਦਸ਼ਾਹ ਕਾਬਲ ਦਾ ਇਹ ਵਹਿੰਦਾ ਹੈ ਆਪਣੇ ਰਾਜ ਦੀਆਂ ਹੱਦਾਂ ਵਹਿੰਦਿਆਂ ਵਹਿੰਦਿਆਂ ਇਹਦੀ ਨਜ਼ਰੇ ਪਏ ਉਹ ਖਾਲਸਾਈ ਨਿਸ਼ਾਨ ਕੇਸਰੀ ਨਿਸ਼ਾਨ ਕਿਲ੍ਹਿਆਂ ਦੇ ਝੂਲਦੇ ਕਿਲ੍ਹਾ ਜਮਰੌਦ ਕਿਲ੍ਹਾ ਪਿਸ਼ੌਰ ਔਰ ਬਾੜਾ ਮਿਚਰੀ ਮਿਚਨੀ ਸ਼ੰਕਰਗੜ੍ਹ ਇਹਦੀ ਹਿੱਕ 'ਤੇ ਸੱਪ ਲੇਟਿਆ ਕਹਿੰਦਾ ਉਹ ਸਾਡੇ ਪੰਜ ਸੱਤ ਪਠਾਨ ਹਿੰਦੁਸਤਾਨ ਵਿੱਚ ਦਾਖਲ ਹੋਣ ਇੱਧਰੋਂ ਦੀ ਦਰਰਾ ਦੇ ਖੇਬਰ ਵਾਲੇ ਪਾਸਿਓਂ ਹਿੰਦੁਸਤਾਨ ਨੂੰ ਲੁੱਟਦੇ ਜਾਣ ਉੱਥੋਂ ਦੀਆਂ ਧੀਆਂ ਭੈਣਾਂ ਨੂੰ ਬੰਨ੍ਹ ਕੇ ਹੁਸਨ ਬੰਨ ਕੇ ਦੌਲਤ ਲੁੱਟ ਕੇ ਹਿੰਦੁਸਤਾਨ ਦੇ ਮੰਦਿਰ ਢਾ ਕੇ ਮੂਰਤੀਆਂ ਤੋੜ ਕੇ ਆ ਜਾਣ ਅਤੇ ਉਸ ਰਸਤੇ ਦੇ ਵਿੱਚ ਸਾਡੇ ਸਾਹਮਣੇ ਕਿਲ੍ਹਿਆਂ ਦੇ ਜਾਲ ਵਿਛਾ ਦਿੱਤੇ ਆ ਸਾਡਾ ਨੱਕ ਵਿੱਚ ਦਮ ਕਰ ਦਿੱਤਾ ਇਹਨਾਂ ਸਿੱਖਾਂ ਨੇ
ਇਹ ਲੜਿਆ ਤੇ ਅੱਗੇ ਵੀ ਬੜੀ ਯਾਰਾਂ, ਪਰ ਐਰਕਾਂ ਜਹਾਦ ਦੇ ਨਾਂ ਤੇ ਇਹਨੇ ਕਰਕੇ ਆਪਣੀ ਫੌਜ ਨੂੰ ਇਕੱਠਿਆਂ, ਆਪਣੀ ਉਮਤ ਨੂੰ ਇਕੱਠਿਆਂ, ਬਹੁਤ ਸਾਰਾ ਮਲਖਈਆ ਉਹਨਾਂ ਨੂੰ ਆਪਣੇ ਪੁੱਤਰ ਸਾਹਮਣੇ ਉਹਨਾਂ ਦੇ ਵਹਾ ਕੇ ਪੰਜੇ ਪੁੱਤਰ ਉਹਨਾਂ ਨੂੰ ਵਧੇ ਆ ਮੌਤ ਦੇ ਗਾਨੇ, ਔਰ ਰੱਖੜੀ ਨਾਲ ਸਾਡਾ ਕੋਈ ਸੰਬੰਧ ਨਹੀਂ, ਸ਼ਹੀਦੀ ਗਾਨੇ। ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜਾਂ ਪੁੱਤਰਾਂ ਦੇ ਗੁੱਟਾਂ 'ਤੇ ਬੰਨ ਕੇ ਆਖਿਆ, ਓਏ ਵੇਖੋ ਆਪਣੇ ਵੱਡ ਵਡੇਰਿਆਂ ਵੱਲ ਲਾਂਤਾਂ ਪਾਉਂਦੇ ਹੋਣਗੇ ਕਿ ਅਸੀਂ 5-7 ਹਿੰਦੁਸਤਾਨ ਨੂੰ ਲੁੱਟਦੇ ਰਹੇ ਹਾਂ, ਓਏ ਇੰਨੀ ਉਮਰ ਸਾਡੀ ਇਹ ਬੈਠੀ ਨੀਵੀਆਂ ਪਾ ਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਹਨੇ ਜਿਹੜੀ ਤਕਰੀਰ ਉਹਨਾਂ ਪਠਾਣਾਂ ਨੂੰ ਪੇਸ਼ ਕੀਤੀ, ਜਸ਼ੀਲੀ ਵੰਗਾਰ ਪੇਸ਼ ਕੀਤੀ, ਉਹ ਸਾਡੇ ਵੱਡ ਵਡੇਰੇ ਕੀ ਆਉਂਦੇ ਹੋਣਗੇ, ਕੀ ਅਣਖ ਆ ਸਾਡੀ ਪਠਾਣਾਂ ਦੀ, ਉਹ ਸ਼ਬਦ ਇਸ ਕਵਿਤਾ ਵਿੱਚ ਐਂਓ ਅੰਕਿਤ ਨੇ ਸੁਣੀਆ। ਇਕੱਠੇ ਕਰ ਜੋੜੇ ਜਰਨੈਲ ਖਾਨ ਨੇ, ਏਦਾਂ ਕਿਹਾ ਦੋਸਤ ਮੁਹੰਮਦ ਖਾਨ ਨੇ, ਉਹ ਕਹਿੰਦੇ ਜਾ ਮਰਾਦਾ ਨੂੰ ਵਹੀਰਾ ਪਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਕਰ ਦਿਓ ਹੱਲਾ ਵਾਂਗਰਾ ਜਵਾਨਾਂ ਦੇ, ਤੁਸੀਂ ਚਿਹਰ ਸੂਰੇ ਜੋ ਪੁੱਤਰ ਖਾਨਾ ਦੇ, ਉਹ ਵੈਰੀਆਂ ਦੇ ਹੱਥ ਕੰਨਾਂ ਨੂੰ ਲਵਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਤੇਗ ਦੇ ਤਨੀ ਤੇ ਸੂਰਮੇ ਜਵਾਨ ਜੋ ਡਰਦਾ ਤੂੰ ਹੱਥੋਂ ਜਿਵੇਂ ਅਸਮਾਨ ਜੋ, ਪਿਛਲੀ ਮਿਸਾਲ ਜਗ ਤੇ ਡਰਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਲੱਗ ਪੈ ਗਿੱਦੜੇ ਸ਼ੇਰਾਂ ਨੂੰ ਡਰਾਉਣ ਜੀ, ਲੱਗ ਪੈ ਗਿੱਦੜ ਸ਼ੇਰਾਂ ਨੂੰ ਡਰਾਉਣ ਜੀ, ਅਸਾਂ ਉੱਤੇ ਲੱਗੇ ਵਾਧੂ ਰੋਪ ਪਾਣ ਜੀ, ਹੋਏ ਨੇ ਮਸਤਾ ਮਸਤੀ ਨੂੰ ਲਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਅਸਲੀ ਪੁੱਤਰ ਜੋ ਮੁਸਲਮਾਨ ਦਾ ਜੰਗ ਵਿੱਚ ਪਿੱਛੇ ਨਹੀਂ ਹਟਣ ਜਾਣਦਾ, ਵੱਲ ਜ਼ਮਰਾਉਂਦਾ ਤੁਸੀਂ ਚਾਲੇ ਪਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਸਰਫਾ ਨਾ ਕਰਨਾ ਜੇ ਤੁਸੀਂ ਜਾਣਦਾ, ਖੱਟ ਲਵੋ ਜਸ ਸਾਰੇ ਹੀ ਜਹਾਨ ਦਾ, ਜੋਧਿਆਂ ਚ ਨਾਮ ਆਪਣਾ ਲਿਖਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਪੰਜ ਮੇਰੇ ਪੁੱਤ ਜਾਨ ਤੋਂ ਪਿਆਰੇ ਜੀ, ਜਾਣਗੇ ਤੁਹਾਡੇ ਨਾਲ ਉਹ ਵੀ ਸਾਰੇ ਜੀ, ਕਾਫਰਾਂ ਨੂੰ ਤਾਰ ਤੇਗ ਦੀ ਲੰਘਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਗੁੱਟਾਂ ਨਾਲ ਬੰਨ ਲਓ ਸ਼ਹੀਦੀ ਗਾਨੇ ਜੀ, ਚੁਣ ਚੁਣ ਵੈਰੀ ਮਾਰਨੇ ਮੈਦਾਨੇ ਜੀ, ਸਿੰਘਾਂ ਦੇ ਨਿਸ਼ਾਨ ਚੁੱਲ ਦੇ ਚਕਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਤਕਰੀਰ ਦਾ ਹੋ ਗਿਆ ਸਰ ਬੜਾ ਤਕਰੀਰ ਦਾ, ਬ੍ਰਹਮਪੁਰੀ ਬੋਲ ਗਿਆ ਸੀਨਾ ਚੀਰਦਾ, ਓ ਜੋਧਿਆਂ ਚ ਨਾਮ ਆਪਣਾ ਲਿਖਾ ਦਿਓ, ਸਿੰਘਾਂ ਦਾ ਨਿਸ਼ਾਨ ਜਗ ਚੋਂ ਮਿਟਾ ਦਿਓ, ਖਾਨ ਦੀ ਤਕਰੀਰ ਦਾ ਇੰਨਾ ਅਸਰ ਹੋਇਆ ਜਿੰਨਾ ਕਦੇ ਅੱਗੇ ਸਿੱਖਾਂ ਦੇ ਹੱਥ ਨਹੀਂ ਸੀ ਵੇਖੇ, ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ, ਗਾਜੀ ਸ਼ੇਰਾਂ ਵਾਂਗ ਗੱਜੀਏ ਤੇ ਧਰਤ ਕੰਬਾ ਦਈਏ।
सिख साढ़े सामने बटेरे जिमें बाज अगे कच्चे चब जाइए खुरा खोज ही मिटा दीए किले जड़े कहिंदे ओ पिछौर जमराद की ने अपनी आई ते आईए परबत हिला दीए हजरत अली दे नाम लेवा धनी देखदे हां मौत आवे सामने ते मौत नूं मिटा दीए। एडे जोश विच आए पंजां पुत्रां नूं दोस्त मुहम्मद खांदियां नूं वेख के इन्हां दा खून उबाले खांदा मिर्जा समी खां दी जरनैली हेठ 50 तोपां 30,000 फौज ते बहुत सारा मलखइया लै के एक काबल तो ला के नगारे ते चोटां सिखां खोलों और जमराउद दा किला खोण वास्ते ये चलिया है मिर्जा समी खां। जदों ये चलदा चलदा लुडी खाने आया 24 अप्रैल नूं 15 अप्रैल 1837 नूं चलिया 24 अप्रैल नूं ये लुडी खाने आ गया। बहुत सारे ने फरीदियां नूं वड्डी दे के अपने नाल गंढ लिया कुछ क नाल भी लै ले 40,000 दे करीब फौज ते नाल बहुत सारा ओदा मलखइया जरनैल मिर्जा समी खां दी जरनैली हेठ चलिया है। ये चलदे मंजिल नूं तय करदे आए ने उस जमराव दे चार चफेरे आण के घेरा पा के ये 40,000 फौज बैठ गई आ 27 अप्रैल की शाम नूं। इन्हें आख्या कल नूं हमला किया जाएगा कल किले नूं ढा के मिट्टी दे विच मिला दिता जाएगा। इधरों सरदार महा सिंह जिहड़ा उस वेले उस किले विच 1,000 सिंह इहदे कोल सिपाही ने 800 पैदल 200 घोड़ सवार 80 गोलंदाज 10 वड्डियां तोपां 12 छोटियां तोपां ने ते 1,000 आदमी है 1,000 सिपाही है। सरदार महा सिंह नूं लग्या पता कहिंदा मर्दो सानू कलगियां वाले ने संसार ते राज करन वास्ते पैदा किया है। वेखो गुरु गोबिंद सिंह महाराज दे दो वड्डे साहबजादे 40 सिंघां दे नाल 10 लख दे नाल टकरा गए कि असी 1,000 इस 30-40,000 का मुकाबला नहीं कर सकते। आओ तको बाबा अजीत सिंह वल अरशां विचों साडी कुरबानी वेखनी चाहुंदे जोश विच आ गए। 28 अप्रैल का चढ़िया दिन मिर्जा समी खान अपनियां फौजां नूं रणमैदान विच लै के उतरे आए। इधरों सरदार महा सिंह अपनियां फौजां नूं रणमैदान विच लै के उतरे ने आमो सामने पैंतड़े बन लए ने दोवां धिरां दे योधियां मानियां ने एक धिर सिख ते खले पठान एक धिर फट खाण नूं छातियां तानियां ने जिवें छमां ते पौण पतंग झुरमट सदके मौत तो कई जवानियां ने सीतले अज तलवार की भेट होना पलां विच कई जिंदगानियां ने एक बन्ने 40,000 एक बन्ने 1,000। सरदार महा सिंह ने आख्या समी खान इस करके आया सिखां कोलों जमराद खोणा है याद रख किले दे लागे भी टुकंडता दे सिंघ ना आखी। ये माण विच आ गया ओ मैं 40,000 फौज का मालिक 1,000 जवान का मालिक इन्नी आकड़ना गल्लां करदा कहिंदा महा सिंह मैं कसम खा के कहिंदा जे अज दा सूरज छिपण तो पहला किले जमराउद दा नाम ही बाकी रहिंदिआं मैनू मुसलमान ना आखी। मैं कसम करान दी खावां नाल ईमान दे मैं गढ़ जमराउद दा ढावां खा कुड़ा दिआं मैं मिट्टी विच मलावां बाला सार नूं मैं मिचली ते हड़वावां सारा छौणियां मैं रतना उजू करावां वड्डियां योधियां मैं सिरां दे थड़े बणावां पढ़ा नमाज बै मैं सलामी झंडे चलावां जग ते मैं सलामी झंडे चलावां ए संसार ते मैं नाम निशान मिटावां जग तो सिख दा। जदों सुनी ए सिंघां ने गल सरदार महा सिंह दे बाडी कार्ड उस सूरमे जोश विच आए उन्हां दे तलवारां दे मुठियां ते हथ गए डौले फरके अगों शेरां वांग काली गज शेरां वांग काली देण जवाब ओए असीं जद तों होश संभाली
लड़ना सिखिया सानू गुड़ती बा प्याली खंडे धार दी असी रख सिरां दी डाली मौत विहाजीए साड़ी उन्हां नाल प्याली जान मरन जो ओ तू सुती कले जगाली सानू छेड़ के असी काबिल करिए खाली लहू विच डोबीए जो करन कवाल कवाली रोण पठानिया ਉਹ ਕਈ ਕੇ ਧੂ ਨਿਕਾਲੀ ਚੰਡੀ ਸਾਰ ਦੀ ਜੋ ਦਿਨ ਚੜ੍ਹਦੇ ਦੀ ਲਾਲੀ ਤੇਗਾਂ ਚਮਕੀਆਂ ਜੋ ਰਾਤੀ ਬੜੇ ਦਵਾਲੀ ਲਿਸ਼ਕਣ ਬਿਜਲੀਆਂ ਇਹੋ ਦੋ ਦੇਸ਼ਾਂ ਦੇ ਵਾਲੀ ਸੀਤਲ ਜੱਟ ਪੈ ਚੋਟਾਂ ਲੱਗੀਆਂ ਨਗਾਰੇ ਕੀਤੇ ਖਾਲਸੇ ਤਿਆਰੇ ਆ ਗਏ ਰਣ ਵਿੱਚ ਸਾਰੇ ਸੀਸ ਧਾਰ ਕੇ ਤਲੀ ਜਥੇਦਾਰ ਮਹਾ ਸਿੰਘ ਕਹਿੰਦਾ ਜੋ ਦਿਓ ਲੰਘੋ ਪਿਆਰੇ ਦੀ ਗਲੀ ਵਾਰੀ ਵਾਲੀ ਨਾਰੇ ਲਾਉਣ ਲੱਗੇ ਉੱਚੀ ਰੋਲਾ ਪਾਉਣਾ ਉਦੋਂ ਪਏ ਤੜੇ ਜਮਾਉਣ ਮੁਗਲ ਪਠਾਨ ਜੀ ਸਿੰਘ ਤੇ ਮੁਗਲ ਹੋ ਕੇ ਅੰਮੋ ਸਾਹਮਣੇ ਉਤਰੇ ਮਦਾਨ ਮੁਗਲ 40,000 ਆ ਗਏ ਰਣ ਵਿੱਚ ਕਾਰ ਉੱਥੇ ਹੁੰਦੀ ਮਾਰੋ ਮਾਰ ਹੈ ਸੀ ਦੋਵਾਂ ਧਿਰਾਂ ਦੀ ਕਾਰਨ ਨਵੇੜੇ ਲੱਗੇ ਜਿੱਤ ਹਾਰ ਦੇ ਬਾਜੀ ਲਾ ਕੇ ਸਿਰਾਂ ਦੀ ਭਜਾਇਆ ਮਹਾ ਸਿੰਘ ਘੋੜਾ ਆਇਆ ਰਣ ਵਿੱਚ ਲੋੜਾ ਸੰਮੀ ਖਾਨ ਵੱਲ ਮੋੜਾ ਸਿੰਘ ਕਰੇ ਆਰ ਜੀ ਸਿੰਘ ਤੇ ਮੁਗਲ ਹੋ ਕੇ ਅੰਮੋ ਸਾਹਮਣੇ ਉਤਰੇ ਮਦਾਨ ਜੀ ਖਾਨਾ ਕਰ ਪਹਿਲਾਂ ਵਾਰ ਰਹਿ ਜਾਏ ਨਾ ਉਧਾਰ ਆਇਓ ਦਿਲ ਵਿੱਚ ਧਾਰ ਤੂੰ ਤਾਂ ਖੂਨ ਨੂੰ ਕਿਲਾ ਪਿੱਛੋਂ ਤੇਰੇ ਦਿਲ ਵਿੱਚ ਵੇਖੀ ਖਾਨਾ ਓਏ ਰਹਿ ਜਾਏ ਨਾ ਗਿਲਾ ਗੱਲ ਸੁਣ ਲੱਗੀ ਅੱਗ ਲੋਹੇ ਵਾਂਗੂ ਰਿਹਾ ਮੱਗ 1,040 ਹੈ ਸੀ ਵੱਗ ਉਹਦੇ ਪਹਿਲਵਾਨ ਜੀ ਸਿੰਘ ਤੇ ਮੁਗਲ ਹੋ ਕੇ ਅੰਮੋ ਸਾਹਮਣੇ ਉਤਰੇ ਮਦਾਨ ਜੀ ਸਿੰਘਾਂ ਜੋਧਿਆਂ ਦਾ ਦਲ ਤੇ ਮਦਾਨੇ ਆ ਗਏ ਚੱਲ ਦੂਰੋਂ ਨੇੜਿਓਂ ਹੈ ਰਲ ਬਣੇ ਭਾਈ ਭਾਈ ਜੀ ਰਣ ਵਿੱਚ ਆ ਕੇ ਕਿਸੇ ਜੰਗੀ ਜੋਧੇ ਨੇ ਪਿੱਠ ਨਾ ਵਿਖਾਈ ਜੀ ਕਸਮੀ ਅੱਲਾ ਦੀ ਮੈਂ ਖਾਵਾਂ ਜੇ ਨਾ ਬ੍ਰਹਮਪੁਰੀ ਦੀ ਮਾਤਾਵਾਂ ਜੱਗ ਚੋਂ ਨਿਸ਼ਾਨ ਜੀ ਸਿੰਘ ਦੇ ਮੁਗਲ ਹੋ ਕੇ ਅੰਮੋ ਸਾਹਮਣੇ ਉਤਰੇ ਮਦਾਨ ਜੀ ਸਵੇਰ ਤੋਂ ਸ਼ਾਮ ਤੱਕ ਤੋਪਾਂ ਚੱਲਦੀਆਂ ਰਹੀਆਂ ਤਲਵਾਰ ਤੇ ਤੀਰ ਚੱਲਦੇ ਰਹੇ ਮਾਵਾਂ ਦੇ ਪੁੱਤ ਸ਼ਹੀਦ ਹੋ ਡਿੱਗਦੇ ਰਹੇ ਜਮਰਾਓ ਦੀ ਧਰਤੀ ਲਹੂ ਦੇ ਨਾਲ ਸ਼ਾਮਾਂ ਤੱਕ ਰੰਗੀ ਗਈ ਮਾਵਾਂ ਦੇ ਪੁੱਤ ਸ਼ਹੀਦ ਹੋਏ ਡਿੱਗੇ ਪਏ ਨੇ ਰਣ ਮੈਦਾਨ ਵਿੱਚ ਰਾਤ ਪਈ ਵੈਰੀਆਂ ਸ਼ੁਕਰ ਕੀਤਾ ਚਾਹ ਦੇ ਜਿਹੜੇ ਚਾਹ ਲੈ ਕੇ ਆਏ ਸੀ ਦਿਲ ਵਿੱਚ ਜਮਰਾਓਦ ਖੋਣ ਵਾਸਤੇ ਉਹ ਦਿਲ ਵਿੱਚੋਂ ਇਹਨਾਂ ਦੇ ਅਰਮਾਨ ਜਿਹੜੇ ਨਿਕਲ ਗਏ ਚਾਹ ਅਧੂਰੇ ਰਹਿ ਗਏ 29 ਅਪ੍ਰੈਲ ਦਾ ਚੜ੍ਹਿਆ ਇਹ ਦਿਨ ਸੰਮੀ ਖਾਨ ਨੇ ਮਗਰਲੀਆਂ ਫੌਜਾਂ ਅੱਗੇ ਕਰਕੇ ਫਿਰ ਰਣ ਮੈਦਾਨ ਵਿੱਚ ਉਤਾਰੇ ਨੇ ਯੋਧੇ ਲੜਦੇ ਰਹੇ ਸਾਰਾ ਦਿਨ ਸੂਰਮੇ ਹਿੱਕਾਂ ਡਾਹ ਡਾਹ ਕੇ ਕਿਲੇ ਦੀ ਰਾਖੀ ਕਰਦੇ ਰਹੇ ਸ਼ਹੀਦ ਹੋ ਕੇ ਡਿੱਗਦੇ ਰਹੇ ਜਦੋਂ ਸ਼ਾਮਾਂ ਪਈਆਂ ਤੇ ਸਾਹਮਣੀ ਬਾਈ ਵਿੱਚ ਬਹੁਤ ਚੋਖਾ ਪਾੜ ਪੈ ਗਿਆ ਕਿਲੇ ਦੀ ਸਾਹਮਣੀ ਬਾਈ ਵਿੱਚ ਇਸ ਬਾਹੀ ਵਿੱਚ ਉਸ ਪਾੜ ਥਾਣੀ ਅਫਜ਼ਲ ਖਾਨ ਮੁਹੰਮਦ ਖਾਨ ਦੋਸਤ ਮੁਹੰਮਦ ਖਾਨ ਦਾ ਵੱਡਾ ਪੁੱਤਰ ਆ ਇਹਨੇ ਘੋੜਾ ਛੇੜਿਆ ਲੱਗਾ ਹੈ ਕਿਲੇ ਵਿੱਚ ਦਾਖਲ ਹੋਣ ਮਿਰਜ਼ਾ ਸੰਮੀ ਖਾਨ ਨੇ ਆਖਿਆ ਓਏ ਅਫਜ਼ਲ ਖਾਨ ਇਹ ਗਲਤੀ ਨਾ ਕਰੀ ਕਿਲੇ ਵਿੱਚ ਨਾ ਜਾਈ ਜੇ ਮੋਏ ਸਿੰਘ ਦੇ ਲਾਗੇ ਤੂੰ ਜੰਗ ਦੀ ਗੱਲ ਕਰੇਗਾ ਨਾ ਤੇ ਉਹ ਮਰਿਆ 8 ਦਿਨਾਂ ਦਾ ਵੀ ਉੱਠ ਕੇ ਤੇਰੇ ਨਾਲ ਲੜਨ ਲੱਗ ਪੂਗਾ ਓਏ ਇਸ ਕਿਲੇ ਵਿੱਚ ਜੇ 700-800 ਤਿਆਰ ਬਰ ਤਿਆਰ ਸਿੰਘ ਹੈ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਉਹਦਾ ਸ਼ਿਕਾਰ ਕਰਨਾ ਆਪਣੀ ਮੌਤ 'ਤੇ ਦਸਖਤ ਕਰਨ ਵਾਲੀ ਗੱਲ ਹੈ ਆ ਜਾ
ਇਹਨਾਂ ਨੂੰ ਮਦਦ ਕਿਤਿਓਂ ਆ ਨਹੀਂ ਰਹੀ। ਕਿਲੇ ਦਾ ਘੇਰਾ ਪੱਕਾ ਰੱਖੋ, ਦੋ ਚਾਰ ਦਿਨ ਵਿੱਚ ਕਿਲਾ ਜਮਰਾਓ ਜਿਹੜਾ ਫਤਿਹ ਹੋ ਜਾਵੇਗਾ। ਇਹ ਵਾਪਸ ਮੁੜਿਆ, ਰਾਤ ਪਈ, ਹੁਣ ਸਰਦਾਰ ਮਹਾਂ ਸਿੰਘ ਦੇ ਸਾਹਮਣੇ ਇੱਥੇ ਦੋ ਵੱਡੇ ਕੰਮ ਨੇ। ਸਰਦਾਰ ਜਗਦੀਪ ਸਿੰਘ ਜੀ ਵਾਂ ਵਾਲੇ, ਉਹਨਾਂ ਵੱਲੋਂ 50 ਰੁਪਏ ਆਏ ਆ, ਬਾਕੀ 450। ਬਾਬਾ ਹਰੀ ਸਿੰਘ ਸਾਹਿਬ ਜੀ ਮਹਾਂਪੁਰਖ, ਇੱਥੋਂ ਦੇ ਮੁੱਖ ਸੇਵਾਦਾਰ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਆਇਆ ਹੈ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨ ਵਾਸਤੇ ਹੁਕਮ ਕੀਤਾ ਸੀ। ਸਰਦਾਰ ਗੁਲਾਬ ਸਿੰਘ ਜੀ ਸੈਕਟਰੀ ਸਾਹਿਬ ਸਾਡੇ ਸਾਹਮਣੇ ਬੈਠੇ ਨੇ ਵੀਰ ਜੀ, ਜਿਨ੍ਹਾਂ ਨਾਲ ਬਹੁਤ ਪਿਆਰ ਹੈ, ਅਤੇ ਉਹਨਾਂ ਵੱਲੋਂ 100 ਰੁਪਏ ਆਏ ਨੇ। ਜਥੇਦਾਰ ਬਲਕਾਰ ਸਿੰਘ ਜੀ 50 ਰੁਪਏ, ਬਾਬਾ ਗੁਰਾ ਸਿੰਘ ਜੀ ਜਾਰਾ ਪੀਰ ਵਾਲੇ, ਉਹਨਾਂ ਦੇ ਨਾਮ 'ਤੇ 50 ਰੁਪਏ, ਸਰਦਾਰ ਮਹਿਲ ਸਿੰਘ ਜੀ 100 ਰੁਪਏ, ਪ੍ਰਧਾਨ ਰਣਜੀਤ ਸਿੰਘ ਜੀ, ਸ਼ਹੀਦ ਬਾਬਾ ਤਾਰਾ ਸਿੰਘ ਵਾਂਗ ਉੱਥੋਂ ਤੋਂ ਆ ਕੇ ਉਹ ਪ੍ਰਧਾਨ ਸਾਹਿਬ 100 ਰੁਪਏ ਭੇਜਦੇ ਨੇ। ਸਰਦਾਰ ਪਾਲ ਸਿੰਘ ਜੀ, ਜਥੇਦਾਰ ਪਾਲ ਸਿੰਘ ਜੀ, ਉਹਨਾਂ ਵੱਲੋਂ 100 ਰੁਪਏ ਆਏ ਨੇ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖਣ। ਬਾਬਾ ਕਾਬਲ ਸਿੰਘ ਸਾਹਿਬ ਜੀ ਮੱਦਰਾਂ ਵਾਲੇ, ਉਹਨਾਂ ਦੇ ਨਾਮ 'ਤੇ 100 ਰੁਪਏ ਵੀਰ ਜੀ ਭੇਜ ਕੇ ਗਏ ਨੇ। ਰਾਜ ਬਲਵਿੰਦਰ ਸਿੰਘ ਰਾਜੋ ਕੇ ਨਗਰ ਤੋਂ, ਜਿਨ੍ਹਾਂ ਵੱਲੋਂ ਇਹ ਹੁਕਮ ਵੀ ਹੋਇਆ ਕਿ ਸੰਗਤਾਂ ਨੂੰ ਕਹਿ ਦਿਓ ਕਿ ਉੱਥੇ ਵੀ ਹਾਜ਼ਰੀ ਭਰਨੀ, ਇਸ ਜਥੇ ਨੇ ਜਿਵੇਂ ਤੁਹਾਡਾ ਹੁਕਮ ਹੋਵੇਗਾ ਹਾਜ਼ਰ ਹੋਵਾਂਗੇ। ਉਹਨਾਂ ਵੱਲੋਂ 50 ਰੁਪਏ ਆਏ ਨੇ। ਹੋਰ ਵੀਰ ਜੀ ਮੈਂ ਅਰਦਾਸ ਕਰਾਂਦੇ, ਡਾਕਟਰ ਦਿਲਬਾਗ ਸਿੰਘ ਜੀ ਸਾਡੇ ਰਿਸ਼ਤੇਦਾਰ, ਉਹਨਾਂ ਵੱਲੋਂ 100 ਰੁਪਏ ਆਏ ਨੇ। ਹੋਰ ਵੀਰ ਜੀ 50 ਰੁਪਏ ਭੇਜ ਕੇ ਗਏ ਨੇ। ਹੋਰ ਗੁਰੂ ਕੀਆਂ ਸੰਗਤਾਂ ਵੱਲੋਂ ਮਾਇਆ ਹਾਜ਼ਰ ਹੈ। ਸਰਦਾਰ ਗੁਰਮੁਖ ਸਿੰਘ ਸਰਪੰਚ ਬਾਹਰ ਗਏ ਹਾਂਗਕਾਂਗ, ਸਿਹਤ ਦੀ ਕਾਮਯਾਬੀ ਵਾਸਤੇ, ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ, ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ਣ। ਮੱਤਾ ਸਿੰਘ ਪਹਿਲਵਾਨ 50 ਰੁਪਏ ਭੇਜਦੇ ਨੇ। ਬਾਬਾ ਲੱਛੀ ਰਾਮ ਜੀ ਮੱਦਰਾਂ ਵਾਲੇ, ਉਹਨਾਂ ਦੇ ਨਾਮ 'ਤੇ 100 ਰੁਪਏ ਆਏ ਨੇ ਗੁਰਦੇਵ ਪਾਤਸ਼ਾਹ ਚੜ੍ਹਦੀ ਕਲਾ। ਹਰਚੰਦ ਸਿੰਘ ਜੀ ਫੌਜੀ ਸਾਹਿਬ, ਉਹਨਾਂ ਵੱਲੋਂ ਮਾਇਆ ਹਾਜ਼ਰ। ਮੈਂਬਰ ਪੰਚਾਇਤ ਗੁਰਦਿਆਲ ਸਿੰਘ ਜੀ, ਉਹਨਾਂ ਵੱਲੋਂ 100 ਰੁਪਏ। ਸਰਦਾਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਵੱਲੋਂ 100 ਰੁਪਏ। ਜਥੇਦਾਰ ਸਰਵਣ ਸਿੰਘ ਜੀ, ਉਹਨਾਂ ਵੱਲੋਂ 50 ਰੁਪਏ। ਵੀਰ ਪ੍ਰਗਟ ਸਿੰਘ ਰਾਣੀਵਾਲਾ ਵਾਲੇ, ਜਿਹੜੇ ਸਾਡੇ ਤੋਂ ਪਹਿਲਾਂ ਤੁਹਾਡੀ ਸੇਵਾ ਕਰਕੇ ਗਏ ਨੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਮੈਂ ਆਹ ਭੈਣਾਂ ਆਪਣੀਆਂ ਨੂੰ ਆ ਚਾਂਦਕ ਬੈਠੀਆਂ ਗਾੜੀ ਉੱਠਣ ਵਾਲੀਆਂ ਉੱਦਾਂ, ਅਤੇ ਬੇਨਤੀ ਕਰਦੇ ਹਾਂ ਇੱਕ ਵਾਰ ਨਾ, ਅਕਬਰ ਬਾਦਸ਼ਾਹ ਕਹਿੰਦਾ ਵੀ ਜਿਹੜਾ ਸਭ ਤੋਂ ਵੱਡਾ ਝੂਠ ਬੋਲੂਗਾ ਨਾ, ਉਹਨੂੰ ਮੈਂ ਵੱਡਾ ਇਨਾਮ ਦਊਂ। ਸਾਰੇ ਵਜ਼ੀਰ ਆਏ, ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ, ਅਤੇ ਬੀਰਬਲ ਬਾਅਦ ਵਿੱਚ ਆਇਆ। ਕਹਿੰਦਾ ਉਹ ਬੀਰਬਲਾ ਬਾਹਮਣਾ ਮਗਰੋਂ ਆਇਆ? ਕਹਿੰਦਾ ਮਗਰੋਂ ਆਉਣ ਦੀ ਗੱਲ ਸੁਣ ਲਓ। ਕਹਿੰਦਾ ਮੈਂ ਆ ਰਿਹਾ ਸੀ ਅਤੇ ਦੋ ਬੀਬੀਆਂ ਆਈਆਂ, ਇੱਕ ਬੰਨਿਓ ਬਹਿ ਗਈਆਂ, ਦੋ ਉੱਧਰੋਂ ਆਈਆਂ ਉਹ ਵੀ ਬਹਿ ਗਈਆਂ ਚੁੱਪ ਕਰਕੇ। ਕਹਿੰਦਾ ਮੈਂ ਵੇਂਹਦਾ ਰਿਹਾ ਵੀ ਇਹ ਬੋਲਦੀਆਂ ਨਹੀਂ, ਚਾਰ ਇੱਕ ਪਾਸਿਓਂ ਆਈਆਂ, ਚਾਰ ਦੂਜੇ ਬੰਨੇ ਆਈਆਂ ਉਹ ਵੀ ਬਹਿ ਗਈਆਂ, ਛੇ ਆਂਦਾ ਹੋਰ ਆਈਆਂ। ਕਹਿੰਦਾ ਬਸ ਕਰ। ਕਹਿੰਦਾ ਵੱਡੇ ਵੱਡਾ ਇਨਾਮ ਜਿਹੜਾ ਉਹ ਇਹਨੂੰ ਲਿਆ ਕੇ ਦੇ ਦਿਓ। ਉਹ ਦੂਜੇ ਆਉਂਦੇ ਇਹ ਕੋਈ ਝੂਠ ਵਾ, ਬਹਿ ਗਈਆਂ ਹੋਣਗੀਆਂ ਆਣ ਕੇ। ਕਹਿੰਦਾ ਬੀਬੀਆਂ ਦੋ ਇਕੱਠੀਆਂ ਹੋ ਜਾਣ ਅਤੇ ਕਾਨਫਰੰਸ ਲਾ ਦਿੰਦੀਆਂ ਅਤੇ 10-12 ਗਿਣਤੀਆਂ ਤਾਂ ਖੂਹੀਆਂ ਹੀ ਨਾ। ਮੈਂ ਬੇਨਤੀ ਕਰਾਂ ਬੀਬੀਓ, ਸਾਊਂਡ ਬਹੁਤ ਹੀ ਵਧੀਆ ਵੀਰ ਦਾ, ਪਰ ਤੁਹਾਡਾ, ਤੁਹਾਡੀ ਆਵਾਜ਼ ਸਾਡੇ ਤੱਕ ਆ ਰਹੀ। ਇੱਥੇ ਰੌਲਾ ਪਾਉਣ ਨਹੀਂ ਆਈਦਾ, ਇੱਥੇ ਤਾਂ ਕੁਝ ਲੈਣ ਵਾਸਤੇ ਆਈਦਾ, ਟਾਈਮ ਬੜਾ ਸੀਮਤ, ਇੱਧਰ ਨਾ ਸਾਡਾ ਲਵਾਇਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੇ ਨਾਲ ਰਹਿਣ ਦਾ ਦਾਸ ਨੂੰ ਵੀ ਮੌਕਾ ਮਿਲਿਆ, ਜਦੋਂ ਵਾਰੰਟੀ ਜਾਰੀ ਕੀਤੇ ਬੰਬੇ ਉਦੋਂ ਮੈਂ ਵੀ ਨਾਲ ਹੀ ਸੀ, ਬਾਬਾ ਮਾਣੋ ਚਾਲ ਵੀ ਨਾਲ ਸੀ। ਖੈਰ ਆਓ, ਜਿਸ ਵੇਲੇ ਰਾਤ ਪਈ 29 ਅਪ੍ਰੈਲ ਦੀ, ਸਰਦਾਰ ਮਹਾਂ ਸਿੰਘ ਆਂਦਾ ਸੂਰਮਿਓ ਬੋਰੀਆਂ ਭਰੋ ਰੇਤ ਦੀਆਂ ਅਤੇ ਕੰਧ ਨੂੰ ਪੂਰ ਦਿਓ, ਅਤੇ ਇੱਕ ਚਿੱਠੀ ਸਰਦਾਰ ਹਰੀ ਸਿੰਘ ਨਲਵੇ ਨੂੰ ਪਹੁੰਚਾਉਣੀ ਆ। ਚਿੱਠੀ ਲਿਖ ਕੇ ਆਖਿਆ ਕੋਈ ਇੱਕ ਸੂਰਮਾ ਜਾਓ। ਇੱਕ ਬੀਬੀ ਉੱਠੀ, ਕਹਿਣ ਲੱਗੀ ਵੀਰ ਜੀ ਇਹ ਸੇਵਾ ਮੈਨੂੰ ਦਿਓ। ਕੁਝ ਜੋਸ਼ ਵਿੱਚ ਲਾਗੇ ਸਿੰਘ ਬੈਠੇ ਸੀ, ਉਹ ਬੋਲ ਉੱਠੇ, ਕਹਿਣ ਲੱਗੇ ਨਹੀਂ ਜਥੇਦਾਰ ਜੀ, ਇਹ ਨਹੀਂ ਹੋ ਸਕਦਾ, ਧੀਆਂ ਭੈਣਾਂ ਕੌਮ ਦੀ, ਬੱਚੀਆਂ ਕੌਮ ਦੀ ਇੱਜ਼ਤ ਹੁੰਦੀ ਹੈ, ਬਾਹਰ ਮੁਗਲ ਘੇਰਾ ਪਾਈ ਬੈਠੇ ਆ, ਕੁਝ ਵੀ ਕਰ ਸਕਦੇ, ਇਸ ਕਰਕੇ ਇਸ ਬੀਬੀ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਉਹ ਬੀਬੀ ਕਹਿਣ ਲੱਗੀ ਮੈਂ ਇੱਕ ਸਵਾਲ ਕਰ ਸਕਦੀ ਹਾਂ, ਮੈਂ ਪੁੱਛ ਸਕਦੀ ਹਾਂ? ਉਹਨੇ ਆਖਿਆ ਹਾਂ।
ਉਹ ਬੀਬੀ ਹਰਸ਼ਰਨ ਕੌਰ ਕਹਿਣ ਲੱਗੀ, ਵੀਰ ਜੀ ਇਸ ਸੇਵਾ ਤੋਂ ਮੈਨੂੰ ਵਾਂਝੇ ਰੱਖਣ ਤੋਂ ਪਹਿਲਾਂ ਇਹ ਗੱਲ ਦੱਸ ਲਓ, ਜਿਹੜਾ ਅੰਮ੍ਰਿਤ ਤੁਸੀਂ ਛਕਿਆ ਮੈਂ ਵੀ ਉਹ ਛਕਿਆ ਕਿ ਜਾਂ ਕੋਈ ਹੋਰ ਹੈ? ਉਹਨੇ ਆਖਿਆ, ਨਹੀਂ ਭੈਣ ਜੀ, ਅੰਮ੍ਰਿਤ ਤੇ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਖੰਡੇ ਬਾਟੇ ਦੀ ਬਖਸ਼ਿਸ਼ ਇੱਕੋ ਹੀ ਸਾਰਿਆਂ ਨੂੰ ਛਕਾਇਆ ਜਾਂਦਾ ਹੈ। ਅਤੇ ਉਹ ਬੀਬੀ ਕਹਿਣ ਲੱਗੀ, ਫਿਰ ਜੇ ਤੁਸੀਂ 1,25,000 ਨਾਲ ਲੜ ਸਕਦੇ ਹੋ, ਉਹਨੇ ਤੁਹਾਨੂੰ 1,25,000 ਨਾਲ ਲੜਨ ਵਾਸਤੇ ਸ਼ਕਤੀ ਬਖਸ਼ੀ, ਮੈਨੂੰ ਨਹੀਂ ਬਖਸ਼ੀ। ਮੈਂ ਹੁਣ ਉਹ ਨਹੀਂ ਜਿਹੜੀ ਡੋਲੇ ਦੇ ਪਰਦਿਆਂ ਵਿੱਚ ਬਹਿ ਰਵਾਂਗੀ ਅਤੇ ਮੁਗਲ ਖੋ ਕੇ ਡੋਲਾ ਲੈ ਜਾਣਗੇ। ਮੇਰੇ ਗਾਤਰੇ ਮੇਰੀ ਰੱਖਿਆ ਕਰਨ ਵਾਲੀ ਤਲਵਾਰ ਹੈ, ਔਰ ਜੇ ਕੋਈ ਬਘਿਆੜ ਬਣ ਕੇ ਝਪਟਿਆ, ਸ਼ੇਰ ਨਹੀਂ ਬਣ ਕੇ ਉਹਦਾ ਮੈਂ ਦਿਲ ਚੀਰ ਦਿਆਂਗੀ। ਗੁਰੂ ਗੋਬਿੰਦ ਸਿੰਘ ਦੁਸ਼ਟਾਂ ਦਾ ਖਹਿ ਕਰਨ ਵਾਲਾ ਮੇਰੇ ਅੰਗ ਸੰਗ ਹੈ। ਇੱਥੇ ਇੱਕ ਇੱਕ ਸਿੰਘ ਦੀ ਲੋੜ ਹੈ। ਤੁਸੀਂ ਮਰਦਾਂ ਵਾਂਗ ਇਸ ਕਿਲੇ ਦੀ ਰਾਖੀ ਕਰਦੇ ਰਹਿਣਾ। ਇਹ ਚਿੱਠੀ ਮੈਂ ਪਹੁੰਚਾਉਣੀ ਆ। ਇਹ ਹਿੰਦੂਆਂ ਦੇ ਘਰੇ ਦਾ ਜਨਮ ਹੋਇਆ, ਜਵਾਨ ਹੋਈ ਅਤੇ ਵਿਆਹ ਕੇ ਲਈ ਆਉਂਦੇ ਸਨ। ਰਸਤੇ ਵਿੱਚ ਮਿਚਨੀ ਦੇ ਪਠਾਣਾ ਵੇਖਿਆ, ਖੋਹ ਕੇ ਲੈ ਗਏ। ਇਹ ਦੌੜ ਕੇ ਆਏ ਸਰਦਾਰ ਹਰੀ ਸਿੰਘ ਨਲਵੇ ਕੋ, ਕਹਿੰਦੇ ਸਰਦਾਰ ਜੀ ਕਹਿਰ ਹੋ ਗਿਆ, ਧਰਤੀ ਪੁੱਠੀ ਕਿਉਂ ਨਾ ਹੋ ਜੂਗੀ, ਇਹ ਸਮਾਨ ਡਿੱਗ ਕਿਉਂ ਨਾ ਪਊਗਾ। ਸਰਦਾਰਾਂ ਦਾ ਕੀ ਹੋਇਆ ਓਏ ਦੱਸੋ? ਸਰਦਾਰ ਜੀ ਡੋਲਾ ਖੋ ਕੇ ਲੈ ਗਏ। ਸਰਦਾਰ ਕਹਿੰਦਾ, ਹਰੀ ਸਿੰਘ ਦੇ ਹੁੰਦਿਆਂ ਡੋਲਾ ਖੋ ਕੇ ਲਾਂਗੇ? ਕੌਣ ਸੀ, ਕਿੰਨੇ ਸੀ, ਕੀ ਦੱਸੀਏ? ਸਿਰ ਅਸਮਾਨ 'ਤੇ ਲੱਗੇ, ਪੈਰ ਧਰਤੀ 'ਤੇ, ਹੌਲੀ ਨਾ ਲੋਕ। ਸਰਦਾਰ ਜੀ ਸਾਡਾ ਤਾਂ ਇਹਦੇ ਵੀ ਦਿਲ ਧੜਕੀ ਜਾਂਦਾ ਹੈ, ਜੇ ਕਿਤੇ ਸਾਨੂੰ ਦੇਵੀ ਮਾਤਾ ਨਾ ਬਚਾਉਂਦੀ, ਵਿੱਚੇ ਹੀ ਹਜ਼ਮ ਕਰ ਜਾਂਦੇ। ਸਰਦਾਰ ਜੀ ਕਹਿਣ ਲੱਗੇ, ਉਹ ਦੱਸੋ ਕਿੰਨੇ ਸੀ? ਆਓ ਬਾਬਾ ਜੀ ਹੋਰਾਂ ਦੇ ਆਮਦ ਵਿੱਚ ਸਤਿਕਾਰ ਵਿੱਚ ਇੱਕ ਜਕਾਰਾ ਗਜਾਈਏ। ਬੋਲੇ ਸਤਿਕਾਰਯੋਗ ਮਹਾਂਪੁਰਖ ਬਾਬਾ ਬਲਦੇਵ ਸਿੰਘ ਜੀ ਜਲਾਲ ਵਾਲੇ, ਇਹੋ ਨਗਰ ਵਾਲੇ, ਉਹਨਾਂ ਵੱਲੋਂ ਇੱਥੇ ਆਉਣ 'ਤੇ ਉਹਨਾਂ ਦਾ ਅਸੀਂ ਸਟੇਜ ਵੱਲੋਂ, ਸੰਗਤਾਂ ਵੱਲੋਂ, ਬਾਬਾ ਜੀ ਬਾਬਾ ਹਰੀ ਸਿੰਘ ਹੋਰਾਂ ਵੱਲੋਂ ਜੀ ਆਇਆਂ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਆਸ਼ੀਰਵਾਦ ਵੀ ਆਏ। ਜਥੇਦਾਰ ਬਾਬਾ ਹਰੀ ਸਿੰਘ ਸਾਹਿਬ ਜੀ, ਉਹਨਾਂ ਵੱਲੋਂ 500 ਰੁਪਏ ਆਏ ਨੇ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨ ਵਾਸਤੇ ਹੁਕਮ ਕੀਤਾ ਹੈ। ਅਤੇ ਜਿਹੜੇ ਬਾਬਾ ਬਲਦੇਵ ਸਿੰਘ ਸਾਹਿਬ ਜੀ ਇਸੇ ਨਗਰ ਵਾਲੇ, ਉਹਨਾਂ ਵੱਲੋਂ ਵੀ 100 ਰੁਪਏ ਆਏ ਨੇ। ਇਹਨਾਂ ਦੋਵਾਂ ਮਹਾਂਪੁਰਖਾਂ ਦੇ ਨਾਮ 'ਤੇ ਬਾਬਾ ਹਰੀ ਸਿੰਘ ਸਾਹਿਬ, ਅੱਛਾ, ਅਤੇ ਬਾਬਾ ਬਲਦੇਵ ਸਿੰਘ ਜੀ ਉਹਨਾਂ ਦੇ ਨਾਮ 'ਤੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਿੰਘ ਸਾਹਿਬ ਸਾਹਮਣੇ ਬੈਠੇ ਨੇ ਨਿਹੰਗ ਸਿੰਘ। ਬਈ ਇਹ ਨਗਰ ਰਾਜੋ ਕੇ ਬਹੁਤ ਹੀ ਭਾਗਾਂ ਵਾਲਾ ਨਗਰ। ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ, ਬੜੀ ਰਹਿਮਤ ਹੈ ਤੁਹਾਡੇ 'ਤੇ ਸਰਦਾਰੋ, ਗੁਰੂ ਦੀਆਂ ਬਖਸ਼ਿਸ਼ਾਂ ਹੈ, ਇੱਥੇ ਚੰਗੇ ਚੰਗੇ ਮਹਾਂਪੁਰਖ ਇਸ ਨਗਰ ਨੇ ਪੈਦਾ ਕੀਤੇ ਆ, ਜਿੱਥੇ ਬਹੁਤ ਵਧੀਆ ਪ੍ਰਬੰਧਕ ਸੰਗਤਾਂ ਨੇ, ਉੱਥੇ ਮਹਾਂਪੁਰਸ਼ ਵੀ ਇਸ ਨਗਰ ਨੇ ਪੈਦਾ ਕੀਤੇ ਆ, ਜਿਹੜੇ ਸਿੱਖੀ ਦੀ ਸੇਵਾ ਚੜ੍ਹਦੀ ਕਲਾ ਨਾਲ ਕਰ ਰਹੇ। ਮੈਂ ਬੇਨਤੀ ਕਰ ਰਿਹਾ ਸੀ, ਸਰਦਾਰ ਹਰੀ ਸਿੰਘ ਨੇ ਪੁੱਛਿਆ, ਉਹ ਕਿੰਨੇ ਕੁ ਸੀ? ਕਹਿੰਦੇ ਜੀ 5-7 ਪਠਾਣ। ਅਤੇ ਹਰੀ ਸਿੰਘ ਕਹਿੰਦਾ, ਤੁਸੀਂ ਕਿੰਨੇ ਸੀ? ਅਸੀਂ ਵੀ ਆ ਗਏ ਹਾਂ 60-70 ਮੂਰਤੀਆਂ। ਸਰਦਾਰ ਜੀ ਕਹਿੰਦੇ, ਉਹ ਬੇੜੀ 'ਤੇ ਤਾਂ ਹੀ ਡੁੱਬੀ, ਤੁਸੀਂ ਮੂਰਤੀਆਂ ਬਣ ਕੇ ਰਹਿ ਗਏ ਅਤੇ ਕੁੜੀ ਖਵਾ ਕੇ ਆ ਗਏ ਹੋ। ਜਦੋਂ ਉਹਨੂੰ ਪਠਾਣਾ ਨੂੰ ਕੀਤਾ ਕਤਲ ਹਰੀ ਸਿੰਘ ਨਲਵਾ ਨੇ, ਸਰਦਾਰ ਜੀ ਨੇ, ਅਤੇ ਕੁੜੀ ਲਿਆਣ ਕੇ ਉਹਨਾਂ ਦੇ ਹਵਾਲੇ ਕੀਤੀ ਵੀ ਜਾਓ ਲੈ ਜਾਓ। ਉਹ ਕਹਿਣ ਲੱਗੀ, ਮੈਂ ਨਹੀਂ ਜਾਣਾ, ਇੱਥੇ ਇਹ ਨਾ ਖੋਲਿਆ ਘਾੜੀ, ਹੋਰ ਕੋਈ ਮਿਲੂ ਉਹ ਖੋ ਕੇ ਲੈ ਜੂ, ਮੈਂ ਤਾਂ ਇਸੇ ਕੰਮ 'ਚ ਰਵਾਂਗੀ, ਇਹ ਜਿਹੜੇ ਮੇਰੀ ਰਾਖੀ ਨਹੀਂ ਕਰ ਸਕਦੇ, ਮੈਂ ਜਾਵਾਂ ਹੀ ਇਹਨਾਂ ਨਾਲ, ਮੈਂ ਰਹਾਂਗੀ ਤੁਹਾਡੇ ਨਾਲ, ਮੈਂ ਕਰਾਂਗੀ ਸਿੱਖੀ ਦੀ ਸੇਵਾ। ਉਹ ਅੰਮ੍ਰਿਤ ਛੱਕ ਕੇ ਹਰਚਰਨ ਕੌਰ ਬਣੀ, ਉਹਦਾ ਘਰਵਾਲਾ ਵੀ ਨਾਲ ਸੇਵਾ ਕਰਦਾ। ਇਹ ਚਿੱਠੀ ਲੈ ਕੇ ਕਿਵੇਂ ਪਹੁੰਚਦੀ ਹੈ, ਕਿਵੇਂ ਪਹੁੰਚਾਉਂਦੀ ਹੈ, ਇਸ ਗੱਡੀ ਛੰਦ ਵਿੱਚ ਐਂ ਬੇਨਤੀ ਕੀਤੀ ਜਾ ਰਹੀ। ਦੂਜੇ ਦਿਨ ਦੀਆਂ ਪੈ ਗਈਆਂ ਤਕਾਲਾਂ, ਜਥੇਦਾਰ ਮਹਾਂ ਸਿੰਘ ਨੇ ਕੰਮ ਕਰਨੇ ਨੇ ਦੋਏ, ਜ਼ਰੂਰੀ ਸਿੰਘਾਂ ਨਾਲ ਕੀਤਾ ਫੈਸਲਾ, ਉਹ ਡਿੱਗੀ ਕੰਧ ਓ ਡਿੱਗੀ ਕੰਧ ਹੈ ਕਿਲੇ ਦੀ ਉਸਾਰਨੀ, ਡਿੱਗੀ ਕੰਧ ਹੈ ਕਿਲੇ ਦੀ ਉਸਾਰਨੀ, ਰਾਤ ਹੀ ਬਣਾਉਣੀ ਚਾਹੀਦੀ। ਉਹ ਦੂਜੀ ਚਿੱਠੀ ਹੈ, ਚਿੱਠੀ ਹੈ ਪਿਸ਼ੌਰ ਵਿੱਚ ਕੱਲਣੀ, ਹਰੀ ਸਿੰਘ ਜਰ ਨੈਲ ਨੂੰ ਅੱਗ ਉੱਠ ਕੇ ਉੱਠ, ਹਰਚਰਨ ਕੌਰ ਬੋਲਦੀ ਚਿੱਠੀ ਦੀ ਸੇਵਾ, ਮੈਨੂੰ ਬਖਸ਼ੋ ਇੰਨੀ ਸੁਣ ਕੇ।
सुन के ते सिंह चट बोलते ना गल ठीक जथेदार जी होण कौम दी अमृत छकिया मैनू भी ओहो मिलिया के कोई होर है मेरे लिए वखरा जवाब दियो इस गल दा सिंह आख दे सिंह आख दे ने अमृत ओही है सिंह आख दे ने अमृत ओही है छकाया जांदा सारिया नू बीबी आख दी तुसी तो लड़ो लख ना क्यों नी चिट्ठी काट सकदी एनी सुन के दलेरी जदों पैन तो पईए नी सुन ली दलेरी जदों पैन तो खुशी दे जकारे छड्ड दे चिट्ठी लिखती लिखती मां सिंह शेर ने बीबी लेके छड्ड अपनी इधर सिंगा ने ਸ਼ੌਰ ਵਿੱਚ ਜਾ ਕੇ ਭੇਸ ਬਦਲਾ ਕੇ ਆਪਣਾ ਅੱਗੋ ਹਰੀ ਅੱਗੇ ਹਰੀ ਸਿੰਘ ਸਖਤ ਬਿਮਾਰ ਸੀ ਵੈਦ ਖੜੇ ਕੋਲ ਉਸ ਦੇ ਸੇਵਾਦਾਰ ਨੇ ਦਾਰ ਨੇ ਉਠਾਇਆ ਬਾਹਾਂ ਫੜ ਕੇ ਹਾਲ ਸਾਰਾ ਜਮਰੋ ਦਾ ਪੜਿਆ ਪੜਿਆ ਅੱਖਾਂ ਲਾਲ ਲਾਲ ਹੋ ਗਿਆ ਗੁੱਸਾ ਚੜਿਆ ਸਫ਼ਰ ਤੈਅ ਕਰਕੇ ਬੀਬੀ ਹਰਸ਼ਰਨ ਕੌਰ ਪਿਸ਼ੌਰ ਵਿੱਚ ਪਹੁੰਚੀ ਸਰਦਾਰ ਹਰੀ ਸਿੰਘ ਨਲਿਵਾ ਕਈਆਂ ਚਿਰਾਂ ਤੋਂ ਬਿਮਾਰ ਹੈ ਵੈਦ ਲਾਗੇ ਬੈਠਾ ਹੋਇਆ ਹੈ 10,000 ਫੌਜ ਆ ਬਾਕੀ ਕਵਰ ਨੌ ਨਿਹਾਲ ਸਿੰਘ ਦੇ ਵਿਆਹ ਅਟਾਰੀ ਪਹੁੰਚੀ ਹੋਈ ਆ ਫੌਜ ਪਤਾ ਲੱਗਿਆ ਸੰਤਰੀ ਨੇ ਜਾ ਕੇ ਦੱਸਿਆ ਬੀਬੀ ਚਿੱਠੀ ਲੈ ਕੇ ਆਈ ਆ ਸਰਦਾਰ ਹਰੀ ਸਿੰਘ ਕਹਿਣ ਲੱਗਾ ਲੈ ਕੇ ਆਓ ਬਾਹਾਂ ਤੋਂ ਫੜ ਕੇ ਸੇਵਾਦਾਰ ਸਰਦਾਰ ਜੀ ਨੂੰ ਉਠਾਉਂਦੇ ਨੇ ਜਦੋਂ ਚਿੱਠੀ ਪੜ੍ਹੀ ਡੌਲੇ ਫਰਕੇ ਸਰਦਾਰ ਜੀ ਕਹਿਣ ਲੱਗੇ ਹੁਣੇ ਲਿਆਓ ਮੇਰਾ ਘੋੜਾ ਵੈਦ ਬਾਂਹ ਫੜ ਕੇ ਕਹਿਣ ਲੱਗਾ ਸਰਦਾਰ ਜੀ ਇਸ ਬਿਮਾਰੀ ਦੀ ਹਾਲਤ ਵਿੱਚ ਤੁਹਾਡਾ ਜੰਗ ਵਿੱਚ ਜਾਣਾ ਠੀਕ ਨਹੀਂ ਕੁਝ ਵੀ ਹੋ ਸਕਦਾ ਹੈ ਸਰਦਾਰ ਜੀ ਕਹਿਣ ਲੱਗੇ ਵੈਦ ਜੀ ਮੈਂ ਆਪਾਂ ਵਾਰਨ ਵਾਸਤੇ ਹੀ ਤੇ ਜੰਗ ਵਿੱਚ ਚਲੇ ਹਾਂ ਵੈਦ ਕਹਿਣ ਲੱਗਾ ਮੇਰੇ ਕਹਿਣ ਤੋਂ ਭਾਵ ਇਹ ਨਹੀਂ ਮੇਰੇ ਕਹਿਣ ਤਾਂ ਮੁਰਾਦ ਹੈ ਮਾਵਾਂ ਨੇ ਸਰਦਾਰ ਹਰੀ ਸਿੰਘ ਨਲੂਏ ਰੋਜ਼ ਰੋਜ਼ ਪੈਦਾ ਨਹੀਂ ਕਰਨੇ ਸਰਦਾਰ ਹਰੀ ਸਿੰਘ ਜਿਨ੍ਹਾਂ ਨੂੰ ਬਾਹਾਂ ਤੋਂ ਫੜ ਕੇ ਸੇਵਾਦਾਰ ਠਾਲਦੇ ਸੀ ਕਹਿਣ ਲੱਗੇ ਵੈਦ ਜੀ ਵੇਖੋ ਜੇ ਪੰਥ ਦੀ ਸ਼ਾਨ ਬਚ ਗਈ ਹਜ਼ਾਰਾਂ ਨਲੂਏ ਪੈਦਾ ਹੋ ਜਾਣਗੇ ਜੇ ਪੰਥ ਦੀ ਸ਼ਾਨ ਨਾ ਰਹੀ ਹਜ਼ਾਰਾਂ ਨਲੂਏ ਗੈਰਾਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਜਾਣਗੇ ਲਿਆਓ ਮੇਰਾ ਘੋੜਾ ਵੀਰ ਉਡੀਕਦੇ ਹੋਣਗੇ ਸਰਦਾਰ ਹਰੀ ਸਿੰਘ ਦਾ ਘੋੜਾ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਸੀ ਆ ਗਿਆ ਰਾਖਿਰ ਕਾਬੇ ਪੈਰ ਸਿੰਘ ਘੋੜੇ ਤੇ ਚੜਿਆ ਸਿਰ ਤੋਂ ਪੈਰਾਂ 30 ਕੋ ਲੋਹੇ ਨਾਲ ਮੜਿਆ ਜਿਹਨੂੰ ਕਰ ਕਰ ਮਿਹਨਤਾਂ ਉਸਤਾਦਾਂ ਘੜਿਆ ਦੋ ਧਾਰਾ ਫੁਲਾ ਦਾ ਹੱਥ ਖੰਡਾ ਫੜਿਆ ਉਹਦੀ ਪਾਣ ਵਧਾਈ ਜ਼ਹਿਰ ਵਿੱਚ ਰੱਤ ਮੰਗੇ ਸੜਿਆ ਉਸੀ ਇੱਕ ਤੋਂ ਦੋ ਕਰ ਛੱਡਿਆ ਜੋ ਅੱਗੇ ਅੜਿਆ ਸਰਦਾਰ ਜੀ ਲੈ ਕੇ ਘੋੜੇ ਨੂੰ ਹੋ ਕੇ ਸਵਾਰ ਗਏ ਨੇ ਛਾਣੀ ਵਿੱਚ ਆਪਣੇ ਜਵਾਨਾਂ ਨੂੰ ਕਹਿੰਦੇ ਉਹ ਸੂਰਮਿਓ ਐਸੀ ਤਲੇਕ ਚਲਾਓ ਐਰਕਾਂ ਕਿ ਅੱਗੇ ਤੋਂ ਕੋਈ ਪਠਾਨ ਬੱਚਾ ਇੱਧਰ ਨੂੰ ਮੂੰਹ ਨਾ ਕਰੇ ਜਦ ਜਾ ਕੇ ਹਰਸ਼ਰਨ ਕੌਰ ਨੇ ਸਾਰਾ ਹਾਲ ਸੁਣਾਇਆ ਉੱਠਿਆ ਚੇਰ ਜਵਾਨ ਸੂਰਮਾ ਹੱਥ ਖੰਡੇ ਨੂੰ ਪਾਇਆ ਕਹਿੰਦਾ ਇਸ ਜੀਵਨ ਦੇ
ਜਿਸ ਦਾ ਮੈਂ ਛੱਡਿਆ ਜਕਾਰੇ ਗੂੰਜ ਪਿਆ ਅਸਮਾਨ ਸੀ ਉਦੋਂ ਸੁਣ ਸਿੰਘਾਂ ਦੇ ਨਾਰੇ ਖਿਸਕਣ ਵਾਲੀ ਜੰਗ ਦੇ ਵਿੱਚੋਂ ਲਾਲ ਪੱਜ ਬਹਾਨਾ ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਹਰੀ ਸਿੰਘ ਦੇ ਬੁਰਜ ਦੇ ਕੋਲੇ ਫੌਜ ਪਹੁੰਚ ਗਈ ਆ ਕੇ ਦੁਸ਼ਮਣ ਦਲ ਨੂੰ ਸੋਗ ਪੈ ਗਿਆ ਲੈ ਜੂ ਕਾਲ ਬਲਾ ਕੇ ਬ੍ਰਹਮਪੁਰੀ ਆ ਕੇ ਫੌਜ ਦੇ ਕਰਤੇ ਹਿੱਸੇ ਤਿੰਨ ਜਵਾਨਾ ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਦਸ ਹਜ਼ਾਰ ਫੌਜ ਲੈ ਕੇ ਕੋਈ 29 ਅਪ੍ਰੈਲ ਦੀ ਰਾਤ 2 ਵਜੇ 30 ਅਪ੍ਰੈਲ ਦਾ ਤੜਕਾ 2 ਵਜੇ ਚੱਲਿਆ ਇਹ 12 ਮੀਲ ਜਮਰੌਲ ਦਰਰੇ ਖੈਬਰ ਵਾਲੇ ਪਾਸੇ ਹੈ 12 ਮੀਲ ਦਾ ਸਫ਼ਰ ਤੈਅ ਕਰਕੇ ਸਰਦਾਰ ਹਰੀ ਸਿੰਘ ਨਲਵਾ ਤੜਕੇ ਹੀ ਅਜੇ ਸੂਰਜ ਨਹੀਂ ਸੀ ਨਿਕਲਿਆ ਆਪਣੀਆਂ ਫੌਜਾਂ ਸਮੇਤ ਜਮਰੌਲ ਤੋਂ ਜਿੱਥੇ ਹਰੀ ਸਿੰਘ ਦਾ ਬੁਰਜ ਆ ਉੱਥੇ ਜਾ ਉਤਰਿਆ ਆਪਣੇ ਸੂਰਮਿਆਂ ਨੂੰ ਤਰਤੀਬ ਦਿੱਤੀ ਆ ਸਰਦਾਰ ਜੀ ਨੇ ਇੱਕ ਪਾਸਾ ਦਿੱਤਾ ਹੈ ਸਰਦਾਰ ਅਮਰ ਸਿੰਘ ਮਜੀਠੀਆ ਖੁਰਦ ਉਹਨੂੰ ਇੱਕ ਬਾਹੀ ਦਿੱਤੀ ਹੈ ਆਪਣੀਆਂ ਫੌਜਾਂ ਲੈ ਕੇ ਸਰਦਾਰ ਅਮਰ ਸਿੰਘ ਖੁਰਦ ਮਜੀਠੀਆ ਉਹ ਉਸ ਬਾਹੀ ਵੱਲ ਨੂੰ ਹੋਇਆ ਦੂਸਰੀ ਬਾਹੀ ਸਰਦਾਰ ਨਿਧਾਨ ਸਿੰਘ ਪੰਜ ਹੱਥੇ ਨੂੰ ਉਹਨੂੰ ਦਿੱਤੀ ਹੈ ਉਹ ਆਪਣੀਆਂ ਫੌਜਾਂ ਲੈ ਕੇ ਦੂਸਰੀ ਬਾਹੀ ਵੱਲ ਨੂੰ ਵਧਿਆ ਹੈ ਸੰਮੀ ਖਾਨ ਅਜੇ ਉੱਠਦਾ ਹੀ ਫਿਰਦਾ ਸੀ ਸੂਰਜ ਅਜੇ ਚੜ੍ਹਿਆ ਨਹੀਂ ਸੀ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੇ ਵਿਚਕਾਰੋਂ ਆਪਣੇ ਜਵਾਨਾਂ ਨੂੰ ਲੈ ਕੇ ਲਾ ਕੇ ਨਗਾਰੇ 'ਤੇ ਚੋਟ ਜਿੱਤ 'ਤੇ ਹਾਰ ਦਾ ਫੈਸਲਾ ਕਰਨ ਵਾਸਤੇ ਜੰਗ ਛੇੜ ਦਿੱਤੀ ਆਇਆ ਰਣ ਮੈਦਾਨ ਵਿੱਚ ਸੰਮੀ ਖਾਨ ਇੱਕ ਦੂਜੇ 'ਤੇ ਸੂਰਮੇ ਵੱਧ ਵੱਧ ਕੇ ਵਾਰ ਕਰ ਰਹੇ ਨੇ ਮਾਵਾਂ ਦੇ ਪੁੱਤਰ ਡਿੱਗ ਰਹੇ ਨੇ ਜਿਹਦੇ ਕੋਲ ਜਿਹੜਾ ਵੀ ਸ਼ਸਤਰ ਸੀ ਚੱਕਰ ਤਮਾਚਾ ਰਹੀਕਲਾ ਰਾਮ ਜੰਗਾ ਤੋਪ ਬੰਦੂਕ ਤੀਰ ਉਸੇ ਨਾਲ ਕਹਿਰ ਢਾਇਆ ਜਾ ਰਿਹਾ ਸੀ ਇਹ ਲੜਦਿਆਂ ਲੜਦਿਆਂ ਹਰੀ ਸਿੰਘ ਨਲਵਾ ਅੱਗੇ ਵੱਧਦਾ ਜਾ ਰਿਹਾ ਸੀ ਬਾਪੂ ਸੋਹਣ ਸਿੰਘ ਜੀ ਸੀਤਲ ਲਿਖਦੇ ਆ ਕਿ ਘੋੜੇ ਲਾਸ਼ਾਂ ਨੂੰ ਲਤਾੜ ਲਤਾੜ ਕੇ ਅੱਗੇ ਲੰਘ ਰਹੇ ਸੀ ਸੂਰਮੇ ਅੱਗੇ ਲੰਘ ਰਹੇ ਸੀ ਦਗੜ ਦਗੜ ਘੋੜੇ ਭੱਜਦੇ ਮੈਦਾਨ ਵਿੱਚ ਧੜਕ ਧੜਕ ਧੜ ਧੜ ਤੋਪਾਂ ਚੱਲੀਆਂ ਪਟਕ ਪਟਕ ਪੈਂਦੇ ਸੂਰਮੇ ਜ਼ਮੀਨ ਉੱਤੇ ਖੜਕ ਖੜਕ ਤੇਗਾਂ ਢਾਲਾਂ ਉੱਤੇ ਝੱਲੀਆਂ ਝੜਕ ਝੜਕ ਝਟਕਾਏ ਦਲ ਵੈਰੀਆਂ ਦੇ ਅੜਕ ਅੜਕ ਜਾਨਾਂ ਲਬਾਂ ਉੱਤੇ ਖਲੀਆਂ ਫੜਕ ਫੜਕ ਪਰ ਪ੍ਰਾਣ ਪੰਛੀ ਉੱਡ ਚੱਲੇ ਧੜਕ ਧੜਕ ਛਾਤੀਆਂ ਨੇ ਫਟ ਚੱਲੀਆਂ ਧੜ ਧੜ ਗੋਲੀ ਚੱਲ ਰਹੀ ਗੜ ਗੜ ਆੜੇ ਆੜੇ ਆਹਮੋ ਸਾਹਮੇ ਵੀਰ ਡਿੱਗੇ ਲੜ 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 ਸਿੰਘਾਂ ਵੈਰੀ ਮਾਰੇ ਹੱਥੀਂ ਫੜ 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 ਕਾਨੀ ਕਰੇ ਤੀਰ ਲੱਗੇ ਤੜ ਤੜ ਫੜ ਫੜ ਫੂਕਣ ਤਮਾਚੇ ਜੋਧੇ ਖੜ ਖੜ ਝੜ ਝੜ ਤੇਗਾਂ ਚੋਂ ਅੰਗਾਰ ਪੈਣ ਸੜ 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 ਸੇਲਿਆਂ ਦੇ ਸੀਨੇ ਭੁੱਜੇ ਤੜ ਤੜ ਜੜ ਜੜ ਜੁਦਾ ਕੀਤੇ ਸਿਰ ਸਿਰ ਧੜ ਧੜ ਤੱਕੋ ਜੀ ਜਿੱਤ ਤੇ ਹਾਰ ਦਾ ਫੈਸਲਾ ਸਰਦਾਰ ਹਰੀ ਸਿੰਘ ਨਲਵਾ ਔਰ ਮਿਰਜ਼ਾ ਸੰਮੀ ਖਾਨ ਚੋਸ ਜਮਰੌਲ ਦੇ ਮੈਦਾਨ ਵਿੱਚ ਐਂ ਕਰ ਰਹੇ ਆ ਹਰੀ ਸਿੰਘ ਜਰਨੈਲ ਨੇ ਜਿਸ ਦਮ ਦਿੱਤਾ ਹਲਾਕਰਾਦਰੀ ਮੁਗਲ ਪਠਾਣਾ ਆਣ ਕੇ ਆਣ ਕੇ ਆਣ ਕੇ ਲਏ ਰਣ ਵਿੱਚ ਪੈਰ ਜਮਾਨ ਸਿੰਘ ਤੇ ਅਮਰ ਸਿੰਘ ਸੂਰਮੇ ਜੁੱਟੇ ਚੌਹਾਂ ਤਰਫਾਂ ਧੋਇਆ ਲੋਹੇ ਉੱਤੇ ਲੋਹਾ ਖੜਕਦਾ 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 ਰਹੇ ਤੀਰੀਆਂ ਤੇ ਚੱਕਰ ਚਲਾ ਚੱਲਦੇ ਵਾਰ ਜਵਾਨ ਦੇ ਹੁੰਦੇ ਪੂਰਾਂ ਦੇ ਪੂਰਤ ਬਾਥੇ ਜੰਗ ਮੱਚਿਆ ਕਮਸਾਨ ਦਾ ਕਮਸਾਨ ਦਾ ਕਮਸਾਨ ਦਾ ਦਿੱਤੀ ਸਭ ਦੀ ਹੋਸ਼ ਭਲਾ ਲੜਦਾ ਹਰੀ ਸਿੰਘ ਜਰਨੈਲ ਸੀ ਸੰਮੀ ਖਾਂ ਕੋਲ ਪੁੱਜਿਆ
ਕਰਤਾਰ ਮਾਰੀ ਮੋਢੇ ਤੋਂ ਤੇਗ ਜਵਾਨ ਰੇ ਛੇ ਇੰਚ ਦਸੀ ਸੀ ਜਾ ਸੰਮੀ ਖਾਂ ਡਿੱਗਾ ਜਾ ਘੋੜਿਓ 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 ਪੈਰਾਂ ਵਿੱਚ ਸ਼ੇਰ ਦੇ ਜਾ ਪਿਆ ਜ਼ਖਮੀ ਵੇਖ ਜਰਨੈਲ ਨੂੰ ਗਏ ਨਸ ਖੈਬਰ ਦੇ ਦਾ ਪੁਰੀ ਕਹੇ ਨਾ ਬਚਣਗੇ 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 ਪੰਜਾ ਸਿੰਘਾਂ ਦੇ ਨਾਲ ਪਾ ਸਰਦਾਰ ਨਲੂਆ ਲੜਦਾ ਲੜਦਾ ਰਣ ਮੈਦਾਨ ਵਿੱਚ ਕਹਿੰਦਾ ਸੰਮੀ ਖਾਨ ਤੂੰ ਵੀ ਆਪਣੀਆਂ ਫੌਜਾਂ ਦਾ ਜਰਨੈਲ ਹਾਂ ਤੇ ਮੈਂ ਆਪਣੀਆਂ ਫੌਜਾਂ ਦਾ ਸਰਦਾਰ ਹਾਂ ਕਿਉਂ ਮਾਵਾਂ ਦੇ ਬਗਾਨੇ ਪੁੱਤ ਮਰਵਾ ਰਿਹਾ ਆ ਇਸ ਜੰਗ ਦਾ ਫੈਸਲਾ ਤੇਰੇ ਤੇ ਮੇਰੇ ਦਰਮਿਆਨ ਹੋ ਜਾਵੇ ਸੰਮੀ ਖਾਨ ਮਿਰਜ਼ਾ ਛੇੜ ਕੇ ਘੋੜਾ ਅੱਗੇ ਵਧਿਆ ਸੰਮੀ ਖਾਨ ਨੂੰ ਆਖਿਆ ਸੰਮੀ ਖਾਨ ਤੂੰ ਆਇਆ ਚੱਲ ਕੇ ਕਾਬਲ ਤੋਂ ਅਤੇ ਵਾਰ ਤੂੰ ਪਹਿਲਾਂ ਕਰ ਕਿਉਂਕਿ ਚੜ੍ਹ ਕੇ ਆਇਆ ਨਾ ਅਸੀਂ ਵਾਰ ਪਹਿਲਾਂ ਨਹੀਂ ਕਰਦੇ ਅਤੇ ਹਰੀ ਸਿੰਘ ਨਲੂਏ ਦੀ ਤਲਵਾਰ ਵੱਜੀ ਕਦੇ ਖਾਲੀ ਨਹੀਂ ਜਾਂਦੀ ਵਾਰ ਕਰ ਲੈ ਇਹ ਲੋਹੇ ਵਿੱਚ ਮੜਿਆ ਹੋਇਆ ਜਰਨੈਲ ਮਿਰਜ਼ਾ ਸੰਮੀ ਖਾਨ ਇਹਨੇ ਵਾਰ ਕੀਤਾ ਇਸ ਸਰਦਾਰ 'ਤੇ ਸੰਮੀ ਖਾਨ ਲਲਕਾਰ ਕੇ ਨਲੂਏ ਨੂੰ ਮਾਰੇ ਉਸ ਝੱਲੀ ਉੱਪਰ ਢਾਲਦੇ ਬਿਜਲੀ ਚਮਕਾਰੇ ਇਉਂ ਚੜਿੰਗਾਂ ਛੱਡੀਆਂ ਤੇਗ ਨੇ ਜਿਉਂ ਫਟਣੇ ਅੰਗਾਰੇ ਬਦਲ ਪੈਂਤੜਾ ਦੂਸਰੀ ਝੱਟ ਫੇਰ ਉਲਾਰੇ ਉਹ ਵੀ ਰੋਕੀ ਢਾਲ 'ਤੇ ਅੱਖ ਦੇ ਪਲਕਾਰੇ ਇਉਂ ਵਾਰ ਖਾਨ ਦੇ ਸੀਤਲਾ ਗਏ ਖਾਲੀ ਸਾਰੇ ਦੋ ਵਾਰ ਕੀਤੇ ਸਰਦਾਰ ਜੀ ਨੇ ਤਲਵਾਰ ਢਾਲ ਡਾਹ ਕੇ ਤਲਵਾਰ ਇਹਦੀ ਰੋਕ ਲਈ ਤੀਜਾ ਵਾਰ ਕੀਤਾ ਮਰਦੇ ਦੇ ਜੀ ਦੇ ਨਾਲ ਇਹਦੀ ਤੀਜੀ ਵਾਰ ਤਲਵਾਰ ਸਰਦਾਰ ਦੀ ਢਾਲ ਤੱਕ ਵੀ ਨਾ ਪਹੁੰਚੀ ਹੁਣ ਇਹਨੇ ਸੋਚਿਆ ਘੋੜਾ ਛੇੜ ਕੇ ਰਣ ਮੈਦਾਨ ਵਿੱਚੋਂ ਨੱਠ ਜਾਵਾਂ ਜਾਨ ਬਚਾ ਲਵਾਂ ਘੋੜੇ ਦੀਆਂ ਵਾਗਾਂ ਪਛਾਹ ਨੂੰ ਭਵਾਈਆਂ ਅਤੇ ਭੱਜਣ ਲੱਗਾ ਸਰਦਾਰ ਜੀ ਕਹਿਣ ਲੱਗੇ ਓਏ ਸੰਮੀ ਖਾਨ ਇਹ ਮਰਦਾਂ ਵਾਲੀ ਗੱਲ ਤਾਂ ਨਹੀਂ ਨਾ ਮਿੱਤਰਾ ਉਹ ਭਾਜੀ ਘਲੀਏ ਅਤੇ ਨਿਉਂਦਰਾ ਡੀਕਣਾ ਚਾਹੀਦਾ ਹੈ ਉਹ ਤੂੰ ਤਿੰਨ ਵਾਰ ਕੀਤੇ ਆ ਇੱਕ ਹੀ ਲਈ ਜਾ ਸਿੰਘ ਦਾ ਸਰਦਾਰ ਹੁਣ ਲੱਗਾ ਵਾਰ ਕਰਨ ਸਰਦਾਰ ਜੀ ਨੇ ਘੋੜੇ ਦੀ ਰਕਾਬਾਂ 'ਤੇ ਪਾ ਕੇ ਭਾਰ ਵਾਰੀ ਨਲੂਏ ਸ਼ੇਰ ਦੀ ਬੋਲੇ ਪਬਕਾ ਕੇ ਕਿੱਥੇ ਚਲੇ ਓ ਖਾਨ ਜੀ ਹੁਣ ਵਾਰ ਬਚਾ ਕੇ ਨੱਸਣਾ ਕੰਮ ਨਹੀਂ ਮਰਦ ਦਾ ਰਣ ਕੰਡ ਵਿਖਾ ਕੇ ਲਓ ਆਈ ਜੇ ਰੋਕਿਓ ਕੋਈ ਚਾਰਾ ਲਾ ਕੇ ਛਿੜਕੀ ਚੰਡੀ ਸਿੰਘ ਨੇ ਜਰਾ ਹੱਥ ਹਿਲਾ ਕੇ ਚੀਰਿਆ ਕੋਟ ਫਲਾ ਦਾ ਰੱਤ ਪੀਤੀ ਜਾ ਕੇ ਘੋੜੇ ਉੱਤੋਂ ਸੁੱਟ ਲਿਆ ਭੁੰਜੇ ਪਟਕਾ ਕੇ ਸਰਦਾਰ ਨੇ ਇੱਕੋ ਵਾਰ ਕੀਤਾ ਇਹਦਾ ਮੋਢਾ ਚੀਰ ਕੇ ਸੰਜੋ ਨੂੰ ਵਿੰਨ ਕੇ ਛੇ ਇੰਚ ਤਲਵਾਰ ਇਸ ਸੰਮੀ ਖਾਨ ਦੇ ਸਰੀਰ ਵਿੱਚ ਧੱਸ ਗਈ ਘੋੜੇ ਤੋਂ ਥੱਲੇ ਡਿੱਗਿਆ ਕਹਿਣ ਲੱਗਾ ਡਿੱਗਦਾ ਸਰਦਾਰ ਹਰੀ ਸਿੰਘਾ ਆਖਿਰ ਸੂਰਮੇ ਦੀ ਸ਼ਰਨ ਪਿਆ ਆ ਆਪੇ ਲਾਜ ਰੱਖੇਗਾ ਸਰਦਾਰ ਜੀ ਕਹਿਣ ਲੱਗੇ ਡਰ ਨਾ ਆਪਣੇ ਬਾਡੀ ਕਾਰਡਾਂ ਨੂੰ ਆਵਾਜ਼ ਮਾਰ ਤੈਨੂੰ ਚੁੱਕ ਕੇ ਲੈ ਜਾਣ ਤੱਕੋ ਜੀ ਸਰਦਾਰ ਅਤੇ ਉਹਨਾਂ ਦੇ ਨਾਲ ਦੇ ਜਵਾਨ ਇਹਨਾਂ ਮੁਗਲਾਂ 'ਤੇ ਨੱਸੇ ਜਾਂਦੇ ਆ ਅਤੇ ਕਿਵੇਂ ਤਲਵਾਰ ਚਲਾ ਰਹੇ ਨੇ ਕਿਵੇਂ ਰਣ ਮੈਦਾਨ ਵਿੱਚ ਜਿੱਤ ਪ੍ਰਾਪਤ ਕਰ ਰਹੇ ਨੇ ਉਸ ਵੇਲੇ ਸੀਨ ਨੂੰ ਬ੍ਰਹਮਪੁਰੀ ਦੀ ਕਲਮ ਨੇ ਐਂ ਪੇਸ਼ ਕੀਤਾ ਹੈ ਸੁਣੀਏ ਜੀ ਹਰੀ ਸਿੰਘ ਜੋਧੇ ਵੇਲੇ ਨੂੰ ਵਿਚਾਰ ਕੇ ਕਰਤਾ ਅਖੀਰੀ ਹੱਲਾ ਬਲ ਧਾਰ ਕੇ ਓ ਭੁੱਖੇ ਸ਼ੇਰਾਂ ਵਾਂਗੂ ਸਿੰਘ ਪਏ ਆਣ ਜੀ ਭੱਜ ਤੁਰੇ ਵੈਰੀ ਛੱਡ ਕੇ ਮੈਦਾਨ ਜੀ ਸਿੰਘਾਂ ਅੱਗੇ ਪੇਸ਼ ਵੈਰੀਆਂ ਦੀ ਜਾਵੇ ਨਾ ਮਾਰ ਥੱਲੇ ਆਇਆ ਵੈਰੀ ਸੁੱਕਾ ਜਾਵੇ ਨਾ ਓ ਸਿੰਘਾਂ ਸੂਰਿਆਂ ਨੇ ਉਦੋਂ ਲਾ ਦੇ ਕਾਣ ਜੀ ਭੱਜ ਤੁਰੇ ਵੈਰੀ
ਸਿੰਘਾਂ ਵਾਰ ਕੀਤੇ ਫੇਰ ਤਲਵਾਰ ਦੇ ਓ ਲੈ ਜੂਗਾ ਬਲਾ ਕੇ ਕਾਲ ਬੱਲੇ ਮਾਰ ਜੀ ਭੱਜ ਤੁਰੇ ਵੈਰੀ ਛੱਡ ਕੇ ਮੈਦਾਨ ਜੀ ਕੁੱਟ ਕੇ ਤੇ ਫੱਟ ਬੱਦੇ ਨਾਲ ਕੱਪੜੇ ਬ੍ਰਹਮਪੁਰੀ ਕਿਲੇ ਵਿੱਚ ਸਿੰਘ ਅੱਪੜੇ ਘੋੜੇ ਉੱਤੋਂ ਲਾਇਆ ਸਿੰਘ ਬੱਲੇ ਮਾਰ ਜੀ ਭੱਜ ਤੁਰੇ ਵੈਰੀ ਛੱਡ ਕੇ ਮੈਦਾਨ ਜੀ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਅਮਰ ਸਿੰਘ ਖੁਰਦ ਮਜੀਠੀ ਆ ਕੇ ਚਲੇ ਗਏ ਸਰਦਾਰ ਹਰੀ ਸਿੰਘ ਉਹਨਾਂ ਨੂੰ ਮੋੜਨ ਵਾਸਤੇ ਗਏ ਇੱਕ ਸਾਈਡ ਤੇ ਪਠਾਨ ਬੈਠੇ ਹੋਏ ਸਨ ਸੁਰ ਕਮਰ ਪਹਾੜੀ ਪੱਥਰ ਦੇ ਓਲੇ ਇਹਨਾਂ ਵੱਖੀ ਤੋਂ ਗੋਲੀਆਂ ਚਲਾਈਆਂ ਇੱਕ ਪੇਟ ਵਿੱਚ ਵੱਜੀ ਇੱਕ ਛਾਤੀ ਵਿੱਚ ਵੱਗੀ ਸਰਦਾਰ ਨੇ ਕਤਲ ਤੇ ਕਰ ਦਿੱਤੇ ਪਠਾਨ ਪਰ ਜ਼ਖਮ ਬੜਾ ਡੂੰਘਾ ਆ ਗਿਆ ਘੁੱਟ ਕੇ ਬੰਨ ਕੇ ਫੱਟ ਘੋੜੇ ਦੀਆਂ ਵਾਗਾਂ ਕਿਲੇ ਵੱਲ ਨੂੰ ਮੋੜੀਆਂ ਨੇ ਆਏ ਨੇ ਕਿਲੇ ਵਿੱਚ ਸਰਦਾਰ ਜੀ ਸਰਦਾਰ ਮਹਾ ਸਿੰਘ ਨੇ ਅੱਗੋਂ ਆਪਣੀਆਂ ਬਾਹਾਂ ਤੇ ਹੱਥਾਂ ਤੇ ਪਾ ਕੇ ਲਾਇਆ ਖੂਨ ਦੇ ਨਾਲ ਸਾਰੇ ਹੱਥ ਭਿੱਜ ਗਏ ਸਰਦਾਰ ਮਹਾ ਸਿੰਘ ਦੇ ਕਿਲੇ ਦੇ ਇੱਕ ਨਵੇਕਲੇ ਖਾਸ ਕਮਰੇ ਵਿੱਚ ਸਰਦਾਰ ਹਰੀ ਸਿੰਘ ਨੂੰ ਇੱਕ ਪਣਗੇ ਤੇ ਸਰਾਣਾ ਦੇ ਕੇ ਲਟਾਇਆ ਹੋਇਆ ਹੈ ਮੈਨੂੰ ਭਾਅ ਜੀ ਹੋਰਾਂ ਵੱਲੋਂ ਸੈਕਟਰੀ ਸਾਹਿਬ ਹੋਰਾਂ ਵੱਲੋਂ ਹੁਕਮ ਹੋਇਆ 4:50 'ਤੇ ਸਮਾਪਤੀ ਕਰਨੀ ਮੈਂ ਇੱਕ ਕਵਿਤਾ ਰਹਿੰਦੇ ਸਮੇਂ ਵਿੱਚ ਕਹਿ ਕੇ ਖਿਮਾ ਚਾਹਾਂਗਾ ਗਿਆਨੀ ਗੁਰਬਚਨ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਆਲਾ ਕਥਾਵਾਚਕ ਪ੍ਰਚਾਰਕ ਨਾਮਵਰ ਔਰ ਬਾਬਾ ਹਰੀ ਸਿੰਘ ਸਾਹਿਬ ਜੀ ਇੱਥੋਂ ਦੇ ਜ਼ਿੰਮੇਵਾਰ ਮਹਾਂਪੁਰਖ ਉਹਨਾਂ ਦੇ ਨਾਮ 'ਤੇ ਸਾਡੇ ਵੀਰ ਜੀ ਸਟੇਜ 'ਤੇ ਬੈਠੇ ਨੇ ਉਹਨਾਂ ਵੱਲੋਂ 50 ਰੁਪਏ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਆਏ ਹੋਰ ਗੁਰੂ ਕੀਆਂ ਸੰਗਤਾਂ ਵੱਲੋਂ ਸਰਦਾਰਾਂ ਵੱਲੋਂ ਵੀਰਾਂ ਅਤੇ ਭੈਣਾਂ ਵੱਲੋਂ ਗੁਰੂ ਕੇ ਇਤਿਹਾਸ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਹੋਈ ਹੈ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨ ਚੜ੍ਹਦੀ ਕਲਾ ਕਰਨ ਔਰ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਸ਼ਹੀਦ ਬਾਗ ਵਾਲੇ ਮਹਾਂਪੁਰਖ ਉਹ ਵੀ ਇਸ ਨਗਰ ਦੇ ਨੇ ਜਿਨ੍ਹਾਂ ਦੀ ਅਰਦਾਸ ਦੇ ਨਾਲ ਦਾਸ ਦੇ ਘਰ 15 ਸਾਲ ਤੋਂ ਬਾਅਦ ਪਚੰਗੀ ਹੋਇਆ ਬੀਬੀਆਂ ਦੀਆਂ ਹੁੰਦੀਆਂ ਹਨੇਰੀ ਆਈ ਮੀਂਹ ਮੀਂਹ ਆਊ ਉਹ ਹਨੇਰੀ ਤੁਰੀ ਜਾਵੇ ਆਖਿਰਕਾਰ ਬਾਬਾ ਜੀ ਹੋਰਾਂ ਨੂੰ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਹੋਰਾਂ ਨੂੰ ਬੇਨਤੀ ਕੀਤੀ ਉਹ ਘਰੇ ਗਏ ਅਰਦਾਸੇ ਕੀਤੇ ਉਹਨਾਂ ਦੇਗਾਂ ਰਗੜ ਕੇ ਆਹ ਹੁਣ ਲੋਕ ਜਿਹੜੇ ਆ ਇਹ ਕਿਸੇ ਨੂੰ ਵੀ ਚੰਗਾ ਜਥੇਬੰਦੀ ਨੂੰ ਨਹੀਂ ਆਉਂਦੇ ਇਹੋ ਹੀ ਚੰਗੇ ਬਣ ਗਏ ਸਿੱਖੀ ਉਦੋਂ ਨਾ ਖਤਮ ਹੋਈ ਜਦੋਂ ਮੈਨੂੰ ਆਉਂਦਾ ਸੀ ਮੈਂ ਮਾਂ ਹੀ ਨਹੀਂ ਰਹਿਣ ਦੇਣੀ ਜਿਹੜੀ ਸਿੱਖ ਨੂੰ ਜਨਮ ਦਿੰਦੀ ਆ ਅਤੇ ਸਿੱਖਾਂ ਨੇ ਕੀ ਆਖਿਆ ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਤਾਂ ਸੋਏ ਜਿਉਂ ਜਿਉਂ ਮੈਨੂੰ ਵੜਦਾ ਸੀ ਦੂਣ ਸਵਾਏ ਅਤੇ ਹੁਣ ਸਟੇਜਾਂ ਤੋਂ ਵੱਢਣ ਡੇ ਪਏ ਸਨ ਇਹਨਾਂ ਤੋਂ ਬਚੋ ਹਰ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਬਖਸ਼ਿਸ਼ ਸਦਕਾ ਇਹ ਜਥਾ ਤਰਨਾ ਦਲ ਦਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਮੈਂ ਇਸ ਇਲਾਕੇ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਦਰਸ਼ਨ ਕਰਨ ਵਾਸਤੇ ਇੱਧਰ ਸੁਭਾਗ ਸਾਨੂੰ ਬਖਸ਼ਿਆ ਹੈ ਵੀਰ ਜੀ ਸਾਊਂਡ ਵਾਲੇ ਵਧੀਆ ਸਾਊਂਡ ਹੈ ਜਿਨ੍ਹਾਂ ਦਾ ਦਿਲ ਕਰਦਾ ਹੈ ਬੋਲਣ ਨੂੰ ਸਾਊਂਡ ਅਤੇ ਮਾੜਾ ਸਾਊਂਡ ਹੋਵੇ ਤਾਂ ਜੋ ਆਉਂਦੇ ਉਹ ਸਾਨੂੰ ਵੀ ਪਤਾ ਨਹੀਂ ਲੱਗਦਾ ਕੀ ਆਉਂਦੇ ਸਰਦਾਰ ਹਰੀ ਸਿੰਘ ਨਲਵਾ ਲੇਟਿਆ ਹੋਇਆ ਬਿਸਤਰੇ ਮਰਗ 'ਤੇ ਲਿਆਂਦਾ ਗਿਆ ਹੈ ਵੈਦ ਨੂੰ ਉਹਨੇ ਫੱਟ ਸਾਫ਼ ਕਰਕੇ ਬੰਨੇ ਆ ਪਰ ਖੂਨ ਵਹਿਣ ਉਹਨੂੰ ਹਟਿਆ ਪੈਰੋਂ ਪੈਰ ਸਰਦਾਰ ਜੀ ਨਿਡਾਲ ਹੋ ਰਹੇ ਨੇ ਉੱਧਰੋਂ ਕਿਲੇ ਵਿੱਚ ਬਾਹਰ ਤੋਪ ਚੱਲੀ ਫਤਿਹ ਦੀ ਸਰਦਾਰ ਜੀ ਇੱਕ ਵਾਰ ਨੌ ਬਰਨੌ ਹੋ ਗਏ ਸਿੰਘ ਵਾਪਸ ਆਏ ਆਣ ਕੇ ਦੱਸਿਆ ਫਤਿਹ ਹੋ ਗਈ ਆ ਸਰਦਾਰ ਜੀ ਐਂ ਜਾਪਦੇ ਜਿਵੇਂ ਕੋਈ ਦੁੱਖ ਹੀ ਨਾ ਹੋਵੇ ਆਖਿਰਕਾਰ ਸਰੀਰ ਨਿਡਾਲ ਹੋ ਰਿਹਾ ਸੀ ਪੈਰੋਂ ਪੈਰ ਅੰਤਿਮ ਪੜਾਅ ਵੱਲ ਜਾ ਰਹੇ ਸਨ ਸਰਦਾਰ ਹਰੀ ਸਿੰਘ ਨਲਵਾ ਜੀ ਅਤੇ ਸਿੰਘਾਂ ਨੇ ਆਖਿਆ ਸਰਦਾਰ ਜੀ ਕੋਈ ਹੁਕਮ ਕੋਈ ਅੰਤਿਮ ਇੱਛਾ ਕੋਈ ਖੁਆਇਸ਼ ਦੱਸ ਦਿਓ ਕੋਈ ਉਪਦੇਸ਼ ਸਰਦਾਰ ਹਰੀ ਸਿੰਘ ਥੋੜ੍ਹਾ ਜਿਹਾ ਸਰਾਣੇ ਦੇ ਆਸਰੇ ਖੋਲ੍ਹੇ ਨੇ ਬੁੱਲ ਆਪਣੇ ਸਿੰਘਾਂ ਨੂੰ ਆਪਣੇ ਨਾਲਦਿਆਂ ਨੂੰ ਆਪਣੇ ਜਵਾਨਾਂ ਨੂੰ ਕੁਝ ਸ਼ਬਦ ਐਂ ਕਹਿਣ ਲੱਗੇ ਨਲੂਆ ਆਖਰੀ ਸਵਾਸ ਤੇ ਪਿਆ ਬੋਲਦਾ ਮੇਰੀ ਸਿੱਖਿਆ ਨੂੰ ਨਹੀਂ ਸਿੰਘੋ ਦਿਲੋਂ ਭਲਾਉਣਾ ਦਾਗ ਲੱਗਣ ਨੀ ਜੇ ਦੇਣਾ ਗੁਰੂ ਦੀ ਪੱਗ ਨੂੰ ਚੰਡਾ ਸਿੱਖੀ ਵਾਲਾ ਉੱਚਾ ਸਦਾ ਚਲਾਉਣਾ ਕੀੜਾਂ ਪੈਣ ਕਿਤੇ ਜੇ ਆਪਣਿਆਂ ਹੀ ਵੀਰਾਂ ਤੇ ਸੱਚ ਆਖ
ਛੱਡ ਕੇ ਮੇਰੇ ਸਰੀਰ ਨੂੰ ਤੇ ਮੇਰੇ ਪਿੱਛੋਂ ਅਥਰੂ ਕਿਸੇ ਨੇ ਨਹੀਂ ਵਹਾਉਣਾ। ਪੌੜੀ ਉੱਡਣ ਵਾਲਾ ਛੱਡ ਕੇ ਮੇਰੇ ਸਰੀਰ ਨੂੰ ਮੇਰਾ ਚਿਖਾਸ ਨਾਸਣ ਕਿਲੇ ਦੇ ਵਿੱਚ ਬਣਾਉਣਾ। ਰੱਖਿਓ ਮੂੰਹ ਕਾਬਲ ਵਿਲ ਕਹਿਣਾ ਦਿਲੋਂ ਭੁਲਾਇਓ ਨਾ। ਮੇਰੀ ਲਾਸ਼ ਨੂੰ ਜਦ ਚਿਖਾ ਦੇ ਵਿੱਚ ਲਟਾਉਣਾ। ਕਦੇ ਜਿਉਂ ਦੇ ਨਾ ਮੈਂ ਪਿੱਠ ਵਿਖਾਈ ਦੁਸ਼ਮਣ ਨੂੰ ਸੱਚ ਆਖਾਂ। ਕਦੇ ਜਿਉਂ ਦੇ ਨਾ ਮੈਂ ਪਿੱਠ ਵਿਖਾਈ ਵੈਰੀ ਨੂੰ। ਮੋਏ ਸਿੰਘ ਦਾ ਵੀ ਤੁਸਾਂ ਮੁਖੜਾ ਨਹੀਂ ਪਵਾਉਣਾ। ਮੇਰਾ ਖੰਡਾ ਏ ਜਿਨ ਜਿੱਤੇ ਜੰਗ ਮੈਦਾਨ ਚੋਂ ਮੇਰੇ ਹੱਥ ਫੜਾ ਕੇ ਚਿਖਾ ਦੇ ਵਿੱਚ ਟਿਕਾਉਣਾ। ਲਾਟਾਂ ਚਿਖਾ ਵਿੱਚੋਂ ਜਦ ਜਾਣਗੀਆਂ ਫਤਿਹ ਆਖਰੀ ਬੋਲੋ ਮੇਰੇ ਜੋਧਿਓ ਸੱਚ ਆਖਾਂ। ਲਓ ਹੁਣ ਫਤਿਹ ਆਖਰੀ ਬੋਲੋ ਮੇਰੇ ਜੋਧਿਓ। ਹੁਣ ਹੈ ਹਰੀ ਸਿੰਘ ਨੇ ਗੂੜੀ ਨੀਂਦੇ ਸੋਣਾ। ਇੰਨੀ ਕਹਿ ਕੇ ਜੋਧੇ ਐਸੀਆਂ ਅੱਖੀਆਂ ਮੀਟ ਲੀਆਂ। ਸਦਾ ਹੀ ਜਿੱਤਾਂ ਜਿੱਤਣ ਵਾਲੇ ਜਰਨੈਲ ਸਰਦਾਰ ਹਰੀ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ, ਅੱਖਾਂ ਮਿਟੀਆਂ ਔਰ ਜਮਰਾਓ ਦਾ ਕਿਲ੍ਹਾ ਫਤਿਹ ਕੀਤਾ। ਅਤੇ ਉਹ ਦਿਨ ਜਾਵੇ ਅੱਜ ਦਾ ਆਵੇ, ਕੋਈ ਪਠਾਨ ਬੱਚਾ ਉੱਧਰੋਂ ਨਹੀਂ ਮੁੜ ਕੇ ਇੱਧਰ ਨੂੰ ਆਇਆ, ਕਿਸੇ ਨੇ ਮੂੰਹ ਨਹੀਂ ਕੀਤਾ। ਐਸੀ ਕਰਾਮਾਤ ਖਾਲਸਿਆਂ ਦੀ ਤਲਵਾਰ ਵਿੱਚ, ਤੁਸੀਂ ਸੋਚੋਗੇ ਪਠਾਨ ਮੁੜ ਕੇ ਇੱਧਰੋਂ ਆਏ ਨਹੀਂ, ਆਉਂਦੇ ਆ। ਉਦੋਂ ਦੇ ਆਉਣ ਵਿੱਚ ਅਤੇ ਹੁਣ ਦੇ ਆਉਣ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ। ਉਦੋਂ ਆਉਂਦੇ ਸੀ ਹੱਥਾਂ ਵਿੱਚ ਤਲਵਾਰਾਂ ਹੁੰਦੀਆਂ ਸੀ, ਹੁਣ ਆਉਂਦੇ ਮੋਢਿਆਂ 'ਤੇ ਵਿਲਚੇ ਹੁੰਦੇ ਆ। ਉਦੋਂ ਆਉਂਦੇ ਸੀ ਇੱਥੋਂ ਦੀਆਂ ਧੀਆਂ ਭੈਣਾਂ ਬੰਨ ਕੇ ਲਿਜਾਣ ਵਾਸਤੇ, ਹੁਣ ਆਉਂਦੇ ਨੇ ਉਹਨਾਂ ਸਤਵੰਤੀਆਂ ਤੋਂ ਖੈਰ ਮੰਗਣ ਵਾਸਤੇ, ਰੋਟੀ ਮੰਗ ਕੇ ਖਾਣ ਵਾਸਤੇ। ਉਦੋਂ ਆਉਂਦੇ ਸੀ ਇੱਥੋਂ ਦੀਆਂ ਅਟਾਰੀਆਂ ਢਹਾਉਣ ਵਾਸਤੇ, ਹੁਣ ਆਉਂਦੇ ਨੇ ਜਿਹੜੀਆਂ ਉਹਨਾਂ ਦੇ ਵੱਢ ਵਡੇਰਿਆਂ ਨੇ ਅਟਾਰੀਆਂ ਢਾਈਆਂ ਸੀ ਉਹਨਾਂ ਨੂੰ ਬਣਾਉਣ ਵਾਸਤੇ। ਇਹ ਹੈ ਖਾਲਸੀ ਤਲਵਾਰ ਵਿੱਚ ਕਰਾਮਾਤ ਕਲਗੀਆਂ ਵਾਲੇ ਪਾਤਸ਼ਾਹ ਦੇ ਖਾਲਸੇ ਵਿੱਚ ਔਰ ਉਹਨਾਂ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ। ਭਾਈ ਜਰਨੈਲ ਸਿੰਘ ਜੀ, ਸਤਿਕਾਰਯੋਗ ਬਾਬਾ ਹਰੀ ਸਿੰਘ ਸਾਹਿਬ ਹੋਰਾਂ ਦੇ ਨਾਮ 'ਤੇ, ਸਰਦਾਰ ਰਣਜੀਤ ਸਿੰਘ ਜੀ ਸਾਡੇ ਬਹੁਤ ਪਿਆਰ ਵਾਲੇ, ਉਹਨਾਂ ਵੱਲੋਂ 100 ਰੁਪਏ, ਹੋਰ ਸਾਡੇ ਸਾਹਮਣੇ ਬੈਠੇ ਨਿਹੰਗ ਸਿੰਘ ਉਹਨਾਂ ਵੱਲੋਂ ਬਾਬਾ ਜੀ ਹੋਰਾਂ ਦੀ ਚੜ੍ਹਦੀ ਕਲਾ ਵਾਸਤੇ, ਅਤੇ ਬਾਬਾ ਜੀ ਹੋਰਾਂ ਵੱਲੋਂ ਆਈ ਹੋਈ ਸੰਗਤ ਨੂੰ ਜੀ ਆਇਆਂ ਧੰਨਵਾਦ। ਬੇਅੰਤ ਤੁਹਾਡੇ ਵੱਲੋਂ ਮਾਇਆ ਹਾਜ਼ਰ ਹੋਈ ਆ। ਇਸ ਜਥੇ ਦੀਆਂ 2 ਨਵੀਆਂ ਆਈਆਂ ਸੀਡੀਆਂ ਸਾਡੇ ਕੋਲ ਆ, ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਮਗਰ ਗਿਆਨੀ ਅਮਰਜੀਤ ਸਿੰਘ ਜੀ ਸਵਰਾਵਾਂ ਵਾਲੇ ਕਿਸੇ ਸਿਫਤ ਦੇ ਮੁਥਾਜ ਨਹੀਂ, ਗਿਆਨੀ ਜਰਨੈਲ ਸਿੰਘ ਜੀ ਸਵਰਾਵਾਂ ਵਾਲੇ ਜਿਨ੍ਹਾਂ ਨੇ ਧੁੰਮਾਂ ਪਾਤੀਆਂ ਗਾ ਕੇ ਔਰ ਪ੍ਰਚਾਰ ਇਤਿਹਾਸ ਲਿਖ ਕੇ ਪ੍ਰਚਾਰ ਕੇ ਉਹਨਾਂ ਨੇ ਆਪ ਜੀ ਦੀ ਸੇਵਾ ਵਿੱਚ ਆਉਣਾ ਹੈ। ਗਿਆਨੀ ਗੁਰਬਚਨ ਸਿੰਘ ਜੀ ਕਲਸੀਆਂ ਵਾਲੇ ਸਟੇਜ ਦੇ ਸੰਚਾਲਕ ਜ਼ਿੰਮੇਵਾਰ, ਤੋਲ ਮਿਣ ਕੇ ਟਾਈਮ ਦਿੰਦੇ ਨੇ ਵੀ ਇੰਨੇ ਕੁ ਸਮੇਂ ਵਿੱਚ ਪ੍ਰਸੰਗ ਪੂਰਾ ਹੋ ਜਾਣਾ, ਉਹ ਅਗਲਾ ਪ੍ਰੋਗਰਾਮ ਆਪ ਜੀ ਨੂੰ ਸਰਵਣ ਕਰਾਉਣਗੇ। ਅਸੀਂ ਕਈ ਭੁੱਲਾਂ ਕਰ ਗਏ ਹੋਵਾਂਗੇ, ਤੁਹਾਡੇ ਕੋਲ ਖਿਮਾ ਮੰਗਦੇ ਹਾਂ। ਮਾਝੇ ਵਾਲਾ ਪਿਆਰ ਨਹੀਂ ਕਿਤੇ ਮਿਲਦਾ, ਭਾਵੇਂ ਅਮੈਰੀਕਾ ਚਲ ਜਾਈਏ ਅਤੇ ਭਾਵੇਂ ਕੈਨੇਡਾ ਚਲ ਜਾਈਏ, ਪੈਸੇ ਬੜੇ ਮਿਲਦੇ ਆ।
ਪਿਆਰ ਤੁਹਾਡੇ ਅੱਗੇ ਹੀ ਸਿਰ ਝੁਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।